ਲਾਲ ਕੀਲੇ ਦੀਆਂ ਮਾਏ ਗੱਲਾਂ ਵਿੱਚ ਆਈ ਨਾ ਝੂਠੇ ਲਾਰਿਆਂ ਤੇ ਐਵੇਂ ਤਾੜੀਆਂ ਵਜਾਈ ਨਾ ਅੱਜ ਤੋਂ ਆਜ਼ਾਦੀ ਵਾਲਾ ਗੀਤ ਕੋਈ ਗਾਈ ਨਾ ਤਾਜਾਂ ਵਾਲਿਆਂ ਦਾ ਮਾਏ ਹਸਾ ਬਣ ਜਾਈ ਨਾ ਹਸਾ ਬਣ ਜਾਈ ਨਾ ਰੋ ਰੋ ਕੇ ਲਾਲ ਮੇਰੇ ਮੈਨੂੰ ਸਮਝ ਆਇਆ ਨਹੀਂ ਵੀ ਅੱਦੇ ਗੀਤ ਤਾਂ ਮੇਰੇ ਜਿਵੇਂ ਰੋਟੀ ਸੜੀ ਦੇ ਉੱਤੇ ਵੀ ਤੇ ਇਦਾਂ ਹੀ ਸੜ ਗਏ ਵਿਚਾਰੇ ਮੁੜ ਕੇ ਜਿਉਂਦੇ ਨਹੀਂ ਰਹੇ ਵੀ ਮੇਰੇ ਮਾਂ-ਬਾਪ ਨੂੰ ਵੀ ਇੱਛਾ ਸੀ ਜਿਵੇਂ ਸਾਰੀ ਦੁਨੀਆ ਨੂੰ ਹੁੰਦੀ ਸੀ 50 ਸਾਲ ਪਹਿਲਾਂ ਤਾਂ ਪੱਕੀ ਹੁੰਦੀ ਸੀ ਨਾ ਵੀ ਸਾਡੇ ਬੇਟਾ ਜ਼ਰੂਰ ਹੋਵੇ ਇਸੇ ਕਰਕੇ ਅਸੀਂ ਚਾਰ ਭੈਣਾਂ ਪਹਿਲਾਂ ਤੇ ਪਿੱਛੋਂ ਮੇਰੇ ਦੋ ਭਰਾ ਹੋਏ ਆ ਤਾਂ ਫੇਰ ਫੈ ਲਗੀ ਤੂੰ ਮੇਰੇ ਦਾਇੜਿਓ ਸੰਗ ਬਾਬਲ ਨੇ ਕੁੱਟਿਆ ਸੁੱਤਾ ਜਾਗ ਲਈ ਅੰਗੜਾਈ ਅੱਧ ਵਿਚਾਲਿਓ ਟੁੱਟਿਆ ਚੀਖ ਕੇ ਸੇਨਾ ਸੁਣੀ ਗੀਤ ਦੀ ਕਿਹੜੇ ਖੁੰਝੇ ਦੱਬਿਆ ਜ਼ਾਰੋ ਜ਼ਾਰ ਰਹੀ ਮੈਂ ਰੁੰਦੀ ਗੀਤ ਫੇਰਨਾ ਲੱਭਿਆ ਗੀਤ ਫੇਰਨਾ ਲੱਭਿਆ ਇਹ ਦਿਨਾਂ ਨਾਲ ਵੈਸੇ ਮੈਂ ਮਹਿਸੂਸ ਕੀਤਾ ਵੀ ਅੰਦਰ ਲਿਖ ਕੇ ਰਚਨਾ ਰੱਖ ਲੈਣੀ ਆਪਣੀ ਕਾਪੀ ਵਿੱਚ ਬੰਦ ਕਰ ਲੈਣੀ ਤਾਂ ਉਹ ਮੁਰਦਾ ਹੀ ਹੁੰਦੀਆਂ ਨੇ ਮੇ ਸ਼ਬਦ ਜਿਹੜੇ ਨੇ ਉੱਕਮ ਆਏ ਜਾਂਦੇ ਨੇ ਜੀ ਉਹ ਥਾਲੀ ਵਿੱਚ ਕਦੇ ਵੀ ਪਏ ਨਹੀਂ ਮਿਲਦੇ ਹਰ ਸ਼ਬਦ ਜਿਹੜਾ ਹੈਗਾ ਉਹ ਬੜਾ ਕੀਮਤੀ ਹੁੰਦਾ ਪਤਾ ਨਹੀਂ ਉਹਨੇ ਕਿੱਥੇ ਮੋਤੀ ਬਣ ਕੇ ਜੜਿਆ ਜਾਣਾ ਬਾਅਦ ਦੇ ਵਿੱਚ ਵੀ ਸ਼ਬਦ ਤਾਂ ਸ਼ਬਦ ਹੁੰਦੇ ਹੀ ਨੇ ਤੇ ਸ਼ਬਦਾਂ ਨੂੰ ਕਿਹੜੇ ਵੇਲੇ ਕਿਸ ਥਾਂ ਤੇ ਕਿਸ ਅਰਥ ਵਿੱਚ ਲਿਆ ਜਾਣਾ ਸਾਡੇ ਪਿਆਰ ਦਾ ਨਿਰਮਲ ਪਾਣੀ سونے ਦਾ ਨ ਬਣਿਆ ਹਾਣੀ ਪੁੰਨਿਆਂ ਦੀ ਮਸਿਆ ਹੋਈ ਚਮਚਮ ਚਾਨਣੀ ਰੋਈ ਹੀਰੇ ਨੇ ਸ਼ੀਸ਼ਾ ਕਟਿਆ ਕੱਟ ਜ਼ੋਰ ਜ਼ੋਰ ਦੀ ਹਸਿਆ ਸ਼ੀਸ਼ੇ ਦੇ ਟੁਕੜੇ ਰੋਏ ਜਦ ਸੱਜਣ ਪਰਾਏ ਹੋਏ ਅਫਤਗੋ ਪ੍ਰੋਗਰਾਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਕਹਿੰਦੇ ਨੇ ਕਿ ਜੇਕਰ ਅਸੀਂ ਵਧੀਆ ਇਨਸਾਨ ਬੰਨਣਾ ਹੈ ਤਾਂ ਸਾਹਿਤ ਦੇ ਨਾਲ ਸਾਚ ਪਾਉਣੀ ਬਹੁਤ ਹੀ ਜ਼ਰੂਰੀ ਹੈ ਸਾਹਿਤ ਸਾਡੇ ਤੱਕ ਪਹੁੰਚਦਾ ਕਰਦੇ ਨੇ ਸਾਹਿਤਕਾਰ ਸਾਹਿਤਕਾਰਾਂ ਦਾ ਯੋਗਦਾਨ ਸਾਡੇ ਸਮਾਜ ਦੇ ਵਿੱਚ ਸ਼ਬਦਾਂ ਵਿੱਚ ਬਿਆਨ ਕਰਨਾ ਨਾ ਮੁਮਕਿਨ ਹੈ ਅੱਜ ਜਿਸ ਸਾਹਿਤਕਾਰ ਦੇ ਨਾਲ ਰੂਬਰੂ ਹੋ ਰਹੇ ਹਾਂ ਉਹਨਾਂ ਨੇ ਤਕਰੀਬਨ 35 ਸਾਲ ਅਧਿਆਪਨ ਦੇ ਖੇਤਰ ਵਿੱਚ ਬਿਤਾਏ ਨੇ ਦੋ ਕਾਵ ਸੰਗ੍ਰਹਿ ਸਾਹਿਦ ਦੀ ਝੋਲੀ ਪਾਈ ਨੇ ਤੇ ਇਹਨਾਂ ਦੇ ਸਾਹਿਦ ਦੇ ਵਿੱਚ ਸਾਡੇ ਸਮਾਜ ਦੀ ਸੱਚੀ ਤਸਵੀਰ ਵੇਖਣ ਨੂੰ ਮਿਲਦੀ ਹੈ ਮੈਡਮ ਸੁਖਚਰਨਜੀਤ ਗਿੱਲ ਦਾ ਸਵਾਗਤ ਕਰਦੇ ਹਾਂ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਦੀਨਾ ਇੱਕ ਨੂੰ ਚੈਨਲ ਦੇ ਸਾਰੇ ਜਿਹੜੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿਕਾਰ ਤੇ ਮੈਨੂੰ ਬੜੀ ਖੁਸ਼ੀ ਆ ਵੀ ਤੁਸੀਂ ਮੈਨੂੰ ਅੱਜ ਦਰਸ਼ਕਾਂ ਦੇ ਰੂਬਰੂ ਹੋਣ ਦਾ ਟਾਈਮ ਦਿੱਤਾ ਮੈਨੂੰ ਸਭ ਤੋਂ ਪਹਿਲਾਂ ਇਹੀ ਸਵਾਲ ਕਿ ਸਾਹਿਤ ਦੇ ਵਾਲਤਾ ਦਾ ਛਕਾਵ ਕਿਵੇਂ ਹੋਇਆ ਹਾਂਜੀ ਇਹ ਸਾਹਿਤ ਦੇ ਬਾਰੇ ਦੇਖੋ ਜੀ ਮੇਰਾ ਇੱਕ ਪਰਿਵਾਰਕ ਮਾਹੌਲ ਮੇਰੇ ਮਦਰ ਵੀ ਅਧਿਆਪਕ ਸੀ ਤੇ ਪਿਤਾ ਜੀ ਮੇਰੇ ਮਿਲਟਰੀ ਆਫੀਸਰ ਸੀਗੇ ਤੇ ਉਹਨਾਂ ਨੂੰ ਦੋਨਾਂ ਨੂੰ ਹੀ ਸੋਹਣੇ ਗੀਤ ਸੁਣਨ ਦਾ ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ ਤੇ ਮੇਰੇ ਮੰਮੀ ਜਿਹੜੇ ਖੁਦ ਨਾ ਜਦੋਂ ਉਹ ਉਹ ਨਹੀਂ ਕਰ ਸਕੇ ਗਿਆਨੀ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਕਿਉਂਕਿ ਉਸ ਵੇਲੇ 1947 ਵਾਲੇ ਰਾਈਟਸ ਹੋ ਗਏ ਤੇ ਉਹਨਾਂ ਦਾ ਜਿਹੜਾ ਸੈਂਟਰ ਸੀਗਾ ਐਗਜ਼ਾਮ ਵਾਲਾ ਉਥੇ ਅੱਗਾ ਉੱਗਾ ਲੱਗ ਗਿਆ ਤੇ ਉਹ ਵਿੱਚੋਂ ਛੱਡ ਕੇ ਆ ਗਏ ਉਹ ਆਪਣੀਆਂ ਉਹੀ ਕਿਤਾਬਾਂ ਆਪਣੇ ਵਿਆਹ ਤੋਂ ਬਾਅਦ ਨਾਲ ਹੀ ਲਿਆਏ ਅੱਛਾ ਉਹ ਕਿਤਾਬਾਂ ਸਾਡੇ ਘਰ ਦੀ ਇਸ ਤਰ੍ਹਾਂ ਨਾ ਕੱਚੀ ਉਹਨੂੰ ਟਾਂਡ ਕਹਿੰਦੇ ਹੁੰਦੇ ਸੀ ਅਸੀਂ ਸੈਲਫ ਬਣੀ ਸੀ ਜਿਹੜੀ ਉਹਦੇ ਤੇ ਚਿਣੀਆਂ ਹੁੰਦੀਆਂ ਸੀਗੀਆਂ ਉਕਤਾਂ ਮੈਨੂੰ ਹਲੇ ਤੱਕ ਮਤਲਬ ਯਾਦ ਨਹੀਂ ਮੈਂ ਉਦੋਂ ਉਸ ਵੇਲੇ ਮੈਂ 8ਵੀਂ ਜਮਾਤ ਜਾਂ 7ਵੀਂ ਜਮਾਤ ਚ ਪੜ੍ਹਦੀ ਸੀ ਤਾਂ ਉਹ ਚੇਰੇ ਪੰਜਾਬੀ ਲੇਖ ਤੇ ਸੋਨ ਸਿੰਘ ਸੀਤਲ ਜੀ ਦੀ ਸਿੱਖ ਰਾਜ ਬਦਲ ਗਿਆ ਸੁਨੇਹੜੇ ਤੇ ਜੇ ਹੈਗੇ ਆਪਣੇ ਮੋਹਨ ਸਿੰਘ ਜੀ ਦੀਆਂ ਸਾਰੀਆਂ ਕਾਵ ਰਚਨਾਵਾਂ ਜੰਦਰੇ ਉਹ ਸਾਡੇ ਘਰ ਸੀ ਤੇ ਹਰਚਰਨ ਸਿੰਘ ਜੀ ਦਾ ਜਿਹੜੇ ਨਾਟਕ ਸੀ ਉਹ ਵੀ ਬੇਕਰੇ ਤੇ ਹੋਰ ਕਾਂਗੀ ਉਹ ਉੱਥੇ ਪਏ ਹੁੰਦੇ ਸੀ ਤਾਂ ਉਹਨਾਂ ਨੂੰ ਮੈਂ ਚੱਕ ਕੇ ਪੜ੍ਹਨ ਲੱਗ ਜਾਣਾ ਤੇ ਉਹ ਇੰਟਰਸਟ ਕ੍ਰੀਏਟ ਹੋ ਜਾਣਾ ਤੇ ਮੰਮੀ ਨੇ ਵੀ ਮਤਲਬ ਟਾਈਮ ਟੂ ਟਾਈਮ ਜਦੋਂ ਪੜਾਉਂਦੇ ਮੇਰੇ ਦਸ-ਦਾਰ ਦੱਸਦੇ ਰਹਿਣਾ ਬਈ ਆ ਚੀਜ਼ ਆ ਜਿਹੜੀ ਕਹਾਣੀ ਕੋਈ ਸੁਣਾਉਣ ਦੇਣੀ ਜਾਂ ਕਿਵੇਂ ਕਰਨੀ ਕੁਦਰਤੀ ਆ ਵੀ ਉਹ ਗੁੰਗਣਾਉਂਦੇ ਸੀ ਗੀਤ ਵੀ ਕੋਈ ਤੇ ਉਹ ਟੀਚਰ ਵੀ ਸੀਗੇ ਤੇ ਉਹ ਬੁੱਕਸ ਅੱਛੀਆਂ ਪੜਨ ਨੂੰ ਸਾਨੂੰ ਘਰੇ ਲਿਆ ਕੇ ਦਿੰਦੇ ਹੁੰਦੇ ਸੀਗੇ ਬਾਲ ਸੰਦੇਸ਼ ਤੇ ਇੱਕ ਸੋਵੀਅਤ ਦੇਸ਼ ਵੀ ਉਸ ਵੇਲੇ ਹੁੰਦਾ ਸੀਗਾ ਫੌਜੀਆ ਵੱਲੋਂ ਰਸਾਲਾ ਲੱਗਿਆ ਹੋਇਆ ਉਹ ਸਾਡੇ ਘਰ ਰੈਗੂਲਰ ਆਉਣਾ ਤੇ ਮਮਿਨੇ ਸਾਨੂੰ ਮੇਰੀ ਵੱਡੀ ਸਿਸਟਰ ਨੂੰ ਤੇ ਮੈਨੂੰ ਉਹਨਾਂ ਨੇ ਟਾਈਮ ਟੂ ਟਾਈਮ ਜਦੋਂ ਵੀ ਕੋਈ ਸਕੂਲ ਦਾ ਫੰਕਸ਼ਨ ਹੋਣਾ ਤਾਂ ਸਾਨੂੰ ਗੀਤ ਜਾਂ ਕੋਈ ਪੇਸ਼ਨ ਵਗੈਰਾ ਤਿਆਰ ਕਰਾਉਣੇ ਤੇ ਸਟੇਜ ਤੇ ਬੋਲਣ ਵਾਸਤੇ ਤਿਆਰ ਕਰਨਾ ਯਾਨੀ ਕਿ ਘਰ ਦਾ ਮਾਹੌਲ ਇਦਾਂ ਦਾ ਸੀ ਕਿ ਤੁਹਾਡਾ ਜਿਹੜਾ ਚਿਕਾਵੇ ਸਾਹਿਤ ਵਾਲੇ ਪਾਸੇ ਹੋ ਗਿਆ ਕੋਈ ਯਾਦ ਤੁਸੀਂ ਸਾਂਝੀ ਕਰੋਗੇ ਆਪਣੇ ਮਾਤਾ ਜੀ ਦੇ ਨਾਲ ਜਿਹੜੀ ਕਿ ਸਾਹਿਤ ਦੇ ਖੇਤਰ ਦੇ ਨਾਲ ਵੀ ਜੁੜੀ ਹੋਵੇ ਸਾਹਿਤ ਨੂੰ ਲੈ ਕੇ ਹੋਵੇ ਕਿਉਂਕਿ ਮਾਤਾ ਜੀ ਤੋਂ ਹੀ ਪ੍ਰੇਰਣਾ ਲਈ ਹੈ ਤੁਸੀਂ ਸਾਹਿਤ ਨੂੰ ਪੜਨ ਦੀ ਕੋਈ ਯਾਦ ਸਾਂਝੀ ਕਰੋ ਬਿਲਕੁਲ ਜੀ ਇੱਕ ਤਾਂ ਸਾਡੇ ਪਿੰਡਾਂ ਦੇ ਵਿੱਚ ਨਗਰ ਕੀਰਤਨ ਹੋਇਆ ਕਰਦੇ ਨੇ ਹਨ ਤੇ ਮੰਮੀ ਨੂੰ ਮੇਰੇ ਨੂੰ ਹੁੰਦਾ ਸੀ ਸ਼ੌਕ ਵੀ ਨਗਰ ਕੀਰਤਨ ਤੇ ਵੀ ਤੇ ਗੁਰਦੁਆਰੇ ਦੇ ਵਿੱਚ ਵੀ ਸੋਹਣੀ ਗੁਰੂਆਂ ਬਾਰੇ ਕੋਈ ਗੀਤ ਸੁਣਾਉਣ ਤਾਂ ਉਹਨਾਂ ਨੂੰ ਕੁਛ ਨਾ ਕੁਛ ਤਾਂ ਪਹਿਲਾਂ ਸੁਣਿਆ ਹੋਇਆ ਕੁਛ ਯਾਦ ਹੋਵੇ ਕਿਤੋਂ ਪੜਿਆ ਹੋਵੇ ਤਾਂ ਉਹ ਕੀ ਕਰਦੇ ਹੁੰਦੇ ਸੀਗੇ ਉਹਨੂੰ ਰਚਨਾ ਨੂੰ ਪੂਰੀ ਕਰ ਦਿੰਦੇ ਸੀ ਤਾਂ ਮੈਨੂੰ ਯਾਦ ਆ ਵੀ ਜਨਮ ਗੁਰਦੁਆਰੇ ਵਾਸਤੇ ਸਾਰੀਆਂ ਭੈਣਾਂ ਨੂੰ ਸਿਰਤੇ ਰੀਵਨ ਕਰ ਕਰਕੇ ਨਾ ਪਿਆਰ ਕੀਤਾ ਸਰਵਾ ਕੇ ਤੇ ਮੈਨੂੰ ਕਿਹਾ ਵੀ ਤੂੰ ਆਇਆ ਹਫ਼ਤਾ ਇਦਾਂ ਬੋਲਣੀ ਆ ਤੇ ਉਹਨਾਂ ਨੇ ਮੈਨੂੰ ਫਿਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਇੱਕ ਲਿਖ ਕੇ ਦਿੱਤੀ ਚੱਲੀ ਚੱਲੀ ਜੀ ਸੰਗਤ ਸਭ ਚੱਲੀ ਜੀ ਚੱਲੀ ਨਾਨਕ ਦੇ ਦਰਬਾਰ ਜਲਦੀ ਹੋ ਕੇ ਜੀ ਤਿਆਰ ਮੈਂ ਵੀ ਜਾਵਾਂ ਕਿਤੇ ਰਹਿ ਨਾ ਜਾਵਾਂ ਕੱਲੀ ਜੀ ਉਹ ਜਿੱਦਾਂ ਮੇਰੀ ਮੰਮੀ ਨੇ ਗਾਇਆ ਮੈਨੂੰ ਸਿਖਾਇਆ ਉਹ ਮੈਨੂੰ ਅੱਜ ਤੱਕ ਉਸੇ ਤਰ੍ਹਾਂ ਹੀ ਯਾਦ ਆ ਤੇ ਵੀ ਮੈਨੂੰ ਮੰਮੀ ਨੇ ਕਿੰਨੀ ਘੰਟਾ ਪਹਿਲਾਂ ਜਾਣ ਤੋਂ ਲਿਖ ਕੇ ਵੀ ਦਿੱਤਾ ਤੇ ਤਿਆਰ ਕਰਾਇਆ ਜੀ ਹਾਂਜੀ ਮੈਡਮ ਇੱਕ ਸਵਾਲ ਕਿ ਅਕਸਰ ਹੀ ਜਦੋਂ ਕੋਈ ਰਚਨਾ ਦਾ ਜਨਮ ਹੁੰਦਾ ਹੈ ਉਸ ਦੇ ਪਿੱਛੇ ਕਾਰਨ ਹੁੰਦਾ ਹੈ ਭਾਵਨਾਵਾਂ ਹੁੰਦੀਆਂ ਨਹੀਂ ਜਜ਼ਬਾਤ ਹੁੰਦੇ ਨੇ ਕਹਿੰਦੇ ਨੇ ਕਿ ਜਦੋਂ ਕਿਸੇ ਦੇ ਮਨ ਦੇ ਵਿੱਚ ਭਾਵਨਾਵਾਂ ਦਾ ਜਵਾਰ ਪਾਟਾ ਉੱਠਦਾ ਹੈ ਤਾਂ ਇੱਕ ਰਚਨਾ ਦਾ ਜਨਮ ਹੋ ਜਾਂਦਾ ਹੈ ਤੁਸੀਂ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਹਨ ਦੋ ਕਾਵ ਸੰਗ੍ਰਹਿ ਵੀ ਤੁਹਾਡੇ ਪ੍ਰਕਾਸ਼ਿਤ ਹੋ ਚੁੱਕੇ ਨੇ ਤੁਹਾਡੇ ਕਾਵ ਸੰਗ੍ਰਹਿਾਂ ਦੀ ਅਸੀਂ ਗੱਲ ਕਰਦੇ ਹਾਂ ਪਹਿਲੇ ਕਾਵ ਸੰਗ੍ਰਹਿ ਦੀ ਬਾਅਦ ਵਿੱਚ ਗੱਲ ਕਰਦੇ ਹਾਂ ਜਿਹੜਾ ਹੁਣੇ ਨਵਾਂ ਕਾਵ ਸੰਗ੍ਰਹਿ ਤੁਸੀਂ ਉਸ ਦੇ ਬਾਰੇ ਪਹਿਲਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਨਾਲ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਉਸ ਕਾਵ ਸੰਗ੍ਰਹਿ ਵਿੱਚ ਤੁਸੀਂ ਦੱਬੇ ਕੁਚਲੇ ਵਰਗ ਦੀ ਗੱਲ ਕੀਤੀ ਹੈ। ਕੀ ਵਾਕਈ ਹੀ ਕੋਈ ਅਜੀਹਾ ਕੋਈ ਕਿੱਸਾ ਹੋਇਆ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਸੀਂ ਉਹਨਾਂ ਦੇ ਨਾਲ ਨੇੜੇ ਤੋਂ ਟਿਕਿਆ ਹੈ ਉਹਨਾਂ ਦੀ ਜ਼ਿੰਦਗੀ ਨੂੰ ਕਿ ਤੁਸੀਂ ਇੰਨੇ ਬਖੂਬੀ ਧੰਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਜਜ਼ਬਾਤਾਂ ਨੂੰ ਸ਼ਬਦਾਂ ਵਿੱਚ ਪिरੋ ਕੇ ਬਿਆਨ ਕੀਤਾ ਹੈ। ਹਾਂਜੀ ਮੈਮ ਇਹ ਸਵਾਲ ਜਿਹੜਾ ਹੈ ਬਿਲਕੁਲ ਆਪਣਾ ਗਰਾਊਂਡ ਦੇ ਨਾਲ ਜੁੜਿਆ ਹੋਇਆ। ਇਹ ਮਤਲਬ ਜਿਹੜੀ ਮੈਂ ਸਪੈਸ਼ਲ ਘਟਨਾ ਨਹੀਂ ਕੋਈ ਕਹਿ ਸਕਦੀ ਪਰ ਤੁਸੀਂ ਜਿਹੜੀ ਲਾਈਫ ਗੁਜ਼ਾਰਦੇ ਹੋ ਤੁਹਾਡੀ ਘਰ ਪਰਿਵਾਰ ਦੇ ਵਿੱਚ ਕਿੱਦਾਂ ਹੈਗੇ ਨੇ ਜਿਹੜੇ ਰਿਲੇਸ਼ਨਸ ਕਿਵੇਂ ਨੇ ਦੋਸਤੀ ਕਿਵੇਂ ਚੱਲਦੀ ਆ ਤੇ ਤੁਹਾਡਾ এনवायरमेंट ਕੀ ਆ ਤੇ ਸਕੂਲ ਦੇ ਵਿੱਚ ਤੁਸੀਂ ਕਿਵੇਂ ਵਿਚਰਦੇ ਹੋ ਛੋਟੇ ਹੁੰਦਿਆਂ ਤੋਂ ਹੀ ਅਸੀਂ ਘਰ ਦੇ ਜਿਹੜੇ ਪਹਿਲਾਂ ਅੱਜ ਕੱਲ ਜ਼ਮਾਨਾ ਹੋ ਗਿਆ ਥੋੜੇ ਜਿਹੇ ਬੱਚੇ ਆਪਣੇ ਆਪਣੇ ਸ਼ੌਕਾਂ ਸ਼ੌਕ ਦੇ ਵਿੱਚ ਬਿਜ਼ੀ ਰਹਿੰਦੇ ਨੇ ਉਸ ਵੇਲੇ ਬੱਚੇ ਮਾਪੇ ਦੇ ਨਾਲ ਨਾਲ ਚੱਲਦੇ ਸੀ ਤੇ ਘਰ ਦੇ ਹਰ ਦੁੱਖ ਸੁੱਖ ਦਾ ਸਾਨੂੰ ਬਾਈ ਮਾਈਂਡ ਪਤਾ ਹੁੰਦਾ ਸੀ ਵੀ ਸਾਡੇ ਘਰੇ ਅਸੀਂ ਇਕਨੋਮਿਕ ਕੰਡੀਸ਼ਨ 'ਚ ਕੀ ਚੀਜ਼ ਖਰੀਦ ਸਕਦੇ ਹਾਂ ਕਿ ਨਹੀਂ ਖਰੀਦ ਸਕਦੇ ਕਿਹੜੀ ਇੱਛਾ ਸੀ ਕਹਿਣੀ ਆ ਵੀ ਮਾਪੇ ਨੂੰ ਪੂਰੀ ਕਰ ਦੋ ਕਿਹੜੀ ਨਹੀਂ ਕਹਿਣੀ ਹੈ ਨਾ ਇਦਾਂ ਦੀਆਂ ਸੀ ਮਤਲਬ ਜਿਹੜਾ ਮੇਰਾ ਬਚਪਨ ਸੀ ਜਿਹੜਾ ਉਹ ਮੇਰੇ ਮਦਰ ਫਾਦਰ ਬੇਸ਼ੱਕ ਦੋਨੋਂ ਅ ਚੰਗੀ ਮਤਲਬ ਪੋਸਟ ਤੇ ਸੀ ਮਾ ਹ ਅਧਿਆਪਕ ਸੀ ਤੇ ਪਿਤਾ ਜੀ ਮਿਲਟਰੀ ਅਫੀਸਰ ਸੀ ਪਰ ਅਸੀਂ 6 ਭੈਣ ਭਰਾ ਸੀ ਤੇ ਸੰ ਅਸੀਂ ਉਹ ਖੁੱਲਾ ਨਹੀਂ ਵੇਖਿਆ ਇਕਨੋਮਿਕਲੀ ਜੋ ਜਿਹੜੀਆਂ ਅਸੀਂ ਮੰਨ ਸਕਦੇ ਹੁਏ ਇਹ ਮਤਲਬ ਤੰਗੀ ਦੇ ਨਾਲ ਜਿਹੜਾ ਹੈਗਾ ਸੀਗਾ ਗੁਜ਼ਾਰਾ ਕਰਦਾ ਚੱਲਦਾ ਸੀਗਾ ਤੇ ਮੇਰੀਆਂ ਭੂਆ ਜੀ ਵੀ ਚਾਰ ਸੀ ਫੈਮਿਲੀ ਦੇ ਵਿੱਚ ਹਨਾ ਉਸ ਤਰੀਕੇ ਨਾਲ ਮਤਲਬ ਜਿਹੜਾ ਪ੍ਰੋਬਲਮਸ ਇਕਨੋਮਿਕਲੀ ਆਉਣੀ ਜਾਂ ਕਬੀਲਦਾਰੀ ਵਾਲੀ ਕੋਈ ਆਉਣੀ ਕੁੜੀਆਂ ਜ਼ਿਆਦਾ ਘਰ ਵਿੱਚ ਹੋਣ ਕਰਕੇ ਜੋ ਸੋਚ ਮੈਂ ਸੋਚਦੀ ਸੀ ਦੇਖਦੀ ਸੀ ਉਹਨਾਂ ਵੇਲੇਾਂ 'ਚ ਉਹ ਮਨ ਦੇ ਵਿੱਚ ਨਾ ਵਿਚਾਰ ਡਿਵੈਲਪ ਹੁੰਦੇ ਰਹਿੰਦੇ ਨੇ ਤੇ ਜਦੋਂ ਤੁਸੀਂ ਪਾਰਟਿਕੂਲਰਲੀ ਫਿਰ ਕੋਈ ਦੇਖਦੇ ਹੋ ਗਵਾਨ 'ਚ ਹੋਰ ਇੱਧਰ ਉੱਧਰ ਵਿਤਕਰਾ ਹੁੰਦਾ ਜਿਵੇਂ ਕੁੜੀਆਂ ਨਾਲ ਪੈਦਾ ਹੋਣ ਤੋਂ ਹੀ ਹੋ ਗਿਆ ਕਿਸੇ ਦੇ ਵਿਆਹ ਵੇਲੇ ਹੋ ਗਿਆ ਕਿਸੇ ਦੀ ਕੋਈ ਛੋਟੀ ਜਿਹੀ ਗਲਤੀ ਤੇ ਉਹਨੂੰ ਬਹੁਤ ਵੱਡੀ ਸਜ਼ਾ ਦਿੱਤੀ ਗਈ ਇਦਾਂ ਦੀਆਂ ਗੱਲਾਂ ਫਿਰ ਜਿਵੇਂ ਮੈਂ ਬਚਪਨ 'ਚ ਵੱਡੀ ਹੁੰਦੀ ਕੀ ਦੇਖਦੀ ਸੀ ਤਾਂ ਉਹ ਮੈਨੂੰ ਅੰਦਰੋਂ ਜਿਹੜੀਆਂ ਸੀ ਨਾ ਉਹ ਟੁੰਬਦਿਆਂ ਸੀ ਤੇ ਮੈਨੂੰ ਫਿਰ ਉਹ ਇਹ ਤਾਂ ਹੈ ਨਹੀਂ ਜਿਹੜੀ ਹੈਗੀ ਨਾ ਵੀ ਕਪਤਾ ਤੁਸੀਂ ਜਦੋਂ ਕੋਈ ਦੇਖੋਗੇ ਉਸੇ ਵੇਲੇ ਤੁਸੀਂ ਲਿਖਣ ਬੈਠ ਜਾਓਗੇ ਆ ਇਹ ਮੇਰੇ ਵਿੱਚ ਵੈਸੇ ਵੀ ਗੁਣ ਹੈ ਨਹੀਂਗਾ ਵੀ ਜੇ ਮੈਨੂੰ ਕੋਈ ਕਵੇ ਨਾ ਵੀ ਹੁਣ ਤੁਸੀਂ ਇਹ ਕਪਤਾ ਲਿਖ ਦਿਓ ਤਾਂ ਉਸ ਵੇਲੇ ਤੇ ਤੁਹਾਡੀ ਸਟੇਟ ਆਫ ਮਾਈਂਡ ਹੀ ਇਦਾਂ ਦੀ ਬਣ ਜਾਂਦੀ ਆ ਵੀ ਤੁਸੀਂ ਦੁੱਖ ਦਰਦ ਜਾਂ ਸਮੱਸਿਆਵਾਂ ਵਿਚਰਦੇ ਕਰਦੇ ਸਮਾਜ ਦੇ ਵਿੱਚੋਂ ਕੈਚ ਕਰਦੇ ਹੋ ਉਹ ਤੁਹਾਨੂੰ ਪਰੇਸ਼ਾਨ ਕਰਦੀਆਂ ਨੇ ਤੇ ਤਾਂ ਤੁਹਾਡਾ ਜਿਹੜਾ ਹੈਗਾ ਅ ਅੰਦਰਲਾ ਤੁਹਾਡਾ ਅੰਤਰਮਨ ਉਹਦੇ ਵਿੱਚ ਉਹ ਗੱਲ ਜਿਵੇਂ ਮੈਂ ਸਿੱਧੀ ਭਾਸ਼ਾ ਚ ਕਹਾਂ ਇੱਕ ਰਿੜਕੀ ਜਾਂਦੀ ਆ ਤੁਸੀਂ ਬਾਰ ਬਾਰ ਉਹਦੇ ਜਿਹੜੇ ਹੈਗਾ ਸਮੁਖ ਹੁੰਨੇ ਹੋ ਵੀ ਆ ਚੀਜ਼ ਹੋਣੀ ਚਾਹੀਦੀ ਆ ਨਹੀਂ ਹੋਣੀ ਚਾਹੀਦੀ ਇਹ ਹੁੰਦਾ ਤੇ ਜਦੋਂ ਜਿਹੜੀ ਜ਼ਿਆਦਾ ਮੇਰੀ ਕਿਉਂਕਿ ਪੋਇਟਰੀ ਮੈਂ ਵੱਧ ਲਿਖ ਸਕੀ ਆ ਵੈਸੇ ਕਹਾਣੀਆਂ ਵੀ ਮੈਂ ਲਿਖੀਆਂ ਨੇ ਜਿਹੜੀਆਂ ਹਲੇ ਪ੍ਰਕਾਸ਼ਿਤ ਨਹੀਂ ਕੀਤੀਆਂ ਤੇ ਇਹਦਾ ਇਹ ਇਹ ਆ ਵੀ ਪਤਾ ਨਹੀਂ ਲੱਗਦਾ ਕਦੋਂ ਤੁਹਾਡੀ ਕਿਵੇਂ ਹੁੰਦੀ ਆ ਜਿਹੜੀ ਸਟੇਟ ਆਫ ਮਾਈਂਡ ਉਹ ਜਿਹੜੇ ਰਚਨਾਵਾਲੇ ਪਲ ਨੇ ਖਾਸ ਕਰਕੇ ਗੀਤ ਜਾਂ ਕੋਈ ਪੋਇਮ ਉਹਦੀਆਂ ਖਾਸ ਕੁਝ ਲਾਈਨਾਂ ਫਲੈਸ਼ ਕਰਦੀਆਂ ਤੁਹਾਡੇ ਦਿਮਾਗ ਦੇ ਵਿੱਚ ਉਸ ਮੁਤਾਬਕ ਉਸ ਸਮੱਸਿਆ ਆਉਂਦਾ ਤੇ ਉਹ ਹੁਣ ਮੈਂ ਵਰਕਿੰਗ ਵੂਮਨ ਵੀ ਸੀਗੀ ਨੌਕਰੀ ਵੀ ਕਰਦੀ ਸੀ ਤੇ ਘਰ ਵੀ ਸੰਭਾਲਣਾ ਸੀਗਾ ਉਸੇ ਵਾਲੇ ਪੂਰੀ ਕਰ ਲੈਣਾ ਬਹੁਤ ਘੱਟ ਮੇਰੇ ਹਿੱਸੇ ਆ ਆ ਵੀ ਮੈਂ ਜਦੋਂ ਮੇਰੇ ਮਨ ਚ ਆਵੇ ਮੈਂ ਆਪਣੇ ਕਮਰੇ 'ਚ ਬੈਠ ਜਾਵਾਂ ਤੇ ਉਹ ਰਚਨਾ ਲਿਖ ਦਵਾਂ ਤਾਂ ਉਹ ਦਾ ਕੁਝ ਹਿੱਸਾ ਮੈਂ ਆਪਣੇ ਅੰਡਾ ਦੇ ਰਸੋਈ ਦੇ ਡਰਾਜ ਵਿੱਚ ਕਾਗਜ਼ ਪੱਤਰ ਰੱਖ ਲੈਣੇ ਮਾੜੇ ਮੋਟਾ ਕਾਪੀ ਰੱਖ ਲੈਣੀ ਉਹ ਮੈਂ ਨੋਟ ਕਰ ਲੈਣਾ ਤੇ ਪਰ ਮੈਂ ਬਾਈ ਮਾਈਂਡ ਉਹਨਾਂ ਚੀਜ਼ਾਂ ਨਾਲ ਤੂਰੀ ਫਿਰਦੀ ਰਹਿੰਦੀ ਸੀ ਤੇ ਫਿਰ ਉਹ ਰਚਨਾ ਮਤਲਬ ਕਈ ਵਾਰੀ ਜਦੋਂ ਮੈਨੂੰ ਮਿਲਣਾ ਟਾਈਮ ਕਾਂਤ ਮਿਲਣਾ ਤਾਂ ਉਹ ਪੂਰੀ ਹੋ ਜਾਂਦੇ ਸੀਗੇ ਤੇ ਇਸ ਤਰ੍ਹਾਂ ਬਹੁਤ ਗੀਤ ਨੇ ਜਿਹੜੇ ਉਹ ਆਪਣਾ ਸਰੂਪ ਪੂਰਾ ਗ੍ਰਹਿਣ ਕਰ पाए ਤੇ ਬਹੁਤ ਹੀ ਅਧੂਰੇ ਰਹਿ ਗਏ ਹਾਂ ਉਹਨਾਂ ਨੂੰ ਮੈਂ ਕਈ ਵਾਰੀ ਕਹਿਣੀ ਹੁੰਦੀ ਆ ਵੀ ਅੱਦੇ ਗੀਤ ਤਾਂ ਮੇਰੇ ਜਿਵੇਂ ਰੋਟੀ ਸੜੀ ਦੇ ਉੱਤੇ ਵੇ ਤੇ ਇਦਾਂ ਹੀ ਸੜ ਗਏ ਵਿਚਾਰੇ ਮੁੜ ਕੇ ਜਿਉਂਦੇ ਨਹੀਂ ਰਹੇ ਮੈਡਮ ਦੀਵਾ ਜਗਦਾ ਰਿਹਾ ਇਹ ਤੁਹਾਡੀ ਜਿਹੜਾ ਕਾਵ ਸੰਗ੍ਰਹਿ ਹੈ ਜਿਹੜਾ ਹਾਲ ਹੀ ਜੇ ਪ੍ਰਕਾਸ਼ਿਤ ਹੋਇਆ ਹੈ ਇਸ ਦੇ ਵਿੱਚ ਕੋਈ ਇੱਕ ਕਵਿਤਾ ਕੋਈ ਨਜ਼ਮ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜੋ ਤੁਹਾਡੇ ਦਿਲ ਦੇ ਬਹਿਤ ਕਰੀਬ ਹੈ ਇਹ ਹੈ ਗੀਤ ਲਿਖ ਦਿਓ ਕੁੜੀਓ ਇਹ ਮੈਂ ਵੈਸੇ ਜਿੱਥੇ ਵੀ ਸੁਣਾਉਣੀ ਬਹੁਤ ਪਸੰਦ ਕਰ ਦਿੱਤਾ ਜਾਂਦਾ ਸਾਰਿਆਂ ਨੂੰ ਤੇ ਉਹਦੇ ਦੋ ਸਟੈਂਜ ਜੇ ਮੈਂ ਤੁਹਾਨੂੰ ਸੁਣਾਉਣ ਲੱਗੀਆਂ ਉਸ ਤੋਂ ਉਹਦੀ ਤੁਹਾਨੂੰ ਤਸਵੀਰ ਦਾ ਪਤਾ ਲੱਗ ਜਾਊਗਾ ਹਨਾ ਕਿਦਾਂ ਦਾ ਹੈ ਗੀਤ ਲਿਖ ਦਿਓ ਕੁੜੀਓ ਤੁਹਾਨੂੰ ਵਾਰ-ਵਾਰ ਸੁਣਾਵਾ ਨੀਛੇ ਤਿੱਕ ਤੇ ਕਦੇ ਨਾ ਦੱਸਿਓ ਗੀਤਾਂ ਦਾ ਸਿਰ ਨਾਵਾ ਔਖੀ ਹੋ ਗਈ ਦਰਦ ਕਹਾਣੀ ਮੈਨੂੰ ਹੋਰ ਲਕੋਣੀ ਸੁਣੋ ਸੁਣਾਵਾ ੜਿਓ ਆਪਣੇ ਗੀਤਾਂ ਦੀਆਂ ਹੋਣੀ ਪਹਿਲੇ ਗੀਤ ਮੇਰੇ ਦਾੜਿਓ ਪਹਿਲੇ ਗੀਤ ਮੇਰੇ ਦਾੜਿਓ ਸੰਗ ਬਾਬਲ ਨੇ ਕਟਿਆ ਤਾ ਜਾਗ ਲਈ ਅੰਗੜਾਈ ਅਦ ਵਿਚਾਲਿਓ ਟੁੱਟਿਆ ਚੀਖ ਕੇ ਸੇਨਾ ਸੁਣੀ ਗੀਤ ਦੀ ਕਿਹੜੇ ਖੁੰਝੇ ਦੱਬਿਆ ਜ਼ਾਰੋ ਜ਼ਾਰ ਰਹੀ ਮੈ ਰੁੰਦੀ ਗੀਤ ਫੇਰਨਾ ਲੱਭਿਆ ਗੀਤ ਫੇਰਨਾ ਲੱਭਿਆ ਬਹੁਤ ਖੂਬ ਤੁਸੀਂ ਬਹੁਤ ਕਾਟਿਸ਼ ਸ਼ਬਦਾਂ ਦੇ ਵਿੱਚ ਔਰਤ ਦੀ ਜੋ ਇੱਕ ਸਥਿਤੀ ਹੁੰਦੀ ਹੈ ਕਈ ਘਰਾਂ ਦੇ ਵਿੱਚ ਉਸ ਨੂੰ ਬਖੂਬੀ ਬਿਆਨ ਕੀਤਾ ਹੈ ਕਾਬਿਲ-ਏ-ਤਾਰੀਫ ਹੈ ਸलाम ਬੰਦਾ ਹੈ ਤੁਹਾਡੀ ਕਲਮ ਨੂੰ ਤੁਹਾਡੇ ਜਜ਼ਬਾਤਾਂ ਨੂੰ ਮੈਡਮ ਤੁਸੀਂ ਇੱਕ ਗੀਤ ਸੁਨਾਇਆ ਤੁਸੀਂ ਕਿਆ ਕਿ ਤੁਹਾਡੇ ਵੀ ਘਰ ਦੇ ਵਿੱਚ ਪੂਆ ਵਿਚਾਰ ਹੁੰਦੀਆਂ ਸੀ ਤੇ ਤੁਸੀਂ ਵੀ ਛੀਪ ਪੈਨਪਰਾ ਹੁੰਦੇ ਸੀ ਕਦੀ ਤੁਹਾਨੂੰ ਮਹਿਸੂਸ ਹੋਇਆ ਜ਼ਿੰਦਗੀ ਦੇ ਕਿਸੇ ਵੀ ਪੜਾਅ ਵਿੱਚ ਤੁਸੀਂ ਨੌਕਰੀ ਵੀ ਕੀਤੀ ਹੈ 34-35 ਸਾਲ ਤੁਸੀਂ ਅਧਿਆਪਨ ਦੇ ਖੇਤਰ ਵਿੱਚ ਲਗਾਏ ਨੇ ਤੁਸੀਂ ਘਰ ਵੀ ਰਹੇ ਬਾਹਰ ਵੀ ਰਹੇ ਕੀ ਇਸ ਪੂਰੇ ਵਕਫੇ ਦੇ ਦੌਰਾਨ ਤੁਹਾਨੂੰ ਕਦੀ ਮਹਿਸੂਸ ਹੋਇਆ ਪਰਸਨਲ ਵਿਅਕਤੀਗਤ ਤੌਰ ਤੇ ਕਿ ਵੀ ਤੁਹਾਡੇ ਨਾਲ ਵੀ ਕਦੀ ਨਾ ਕਦੀ ਲਿੰਗ ਦੇ ਆਧਾਰ ਤੇ ਅਸਮਾਨਤਾ ਹੋਈ ਹੈ ਇਹਦੇ ਵਿੱਚ ਇਹ ਆ ਵੀ ਜੇ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਗੱਲ ਕਹਾਂ ਤਾਂ ਇਹ ਤਾਂ ਸੱਚਾ ਵੀ ਮੇਰੇ ਮਾਪੇ ਨੂੰ ਵੀ ਇੱਛਾ ਸੀ ਜਿਵੇਂ ਸਾਰੀ ਦੁਨੀਆ ਨਾਲ ਹੁੰਦੀ ਸੀ 50 ਸਾਲ ਪਹਿਲਾਂ ਤਾਂ ਪੱਕੀ ਹੁੰਦੀ ਸੀ ਨਾ ਵੀ ਸਾਡੇ ਬੇਟਾ ਜ਼ਰੂਰ ਹੋਵੇ ਇਸੇ ਕਰਕੇ ਅਸੀਂ ਚਾਰ ਭੈਣਾਂ ਪਹਿਲਾਂ ਤੇ ਪਿੱਛੋਂ ਮੇਰੇ ਦੋ ਭਰਾ ਹੋਏ ਆ ਤਾਂ ਫੇਰ ਉਹਨਾਂ ਨੂੰ ਲੱਗਿਆ ਵੀ ਹੁਣ ਸਾਡੀ ਜਿਹੜੀ ਜ਼ਿੰਦਗੀ ਆ ਉਹ ਸਾਰਥਕ ਆ ਪਰ ਨਾਲ ਦੀ ਨਾਲ ਪੜੇ ਲਿਖੇ ਹੋਣ ਦੇ ਬਾਵਜੂਦ ਇਹ ਚੀਜ਼ ਜ਼ਰੂਰ ਸੀ ਵੀ ਸਾਡੀ ਪਰਵਰਿਸ਼ ਦੇ ਵਿੱਚ ਕਦੇ ਵੀ ਅਸੀਂ ਕੋਈ ਘਰੇ ਇਹੋ ਜਿਹਾ ਫਰਕ ਨਹੀਂ ਦੇਖਿਆ ਵੀ ਖਾਣ ਪੀਣ ਪਹਿਨਣ ਦੇ ਵਿੱਚ ਜਾਂ ਮੋਕ ਕੇ ਪੜਨ ਦੇ ਦੇਣ ਵਿੱਚ ਸਾਨੂੰ ਕੋਈ ਫਰਕ ਮਿਲਿਆ ਹੋਵੇ ਸਗੋਂ ਮੈਂ ਕਹਿੰਦੀ ਆ ਵੀ ਮੇਰੀ ਮਾਂ ਮੁੰਡਿਆਂ ਨੂੰ ਵੱਧ ਤਰਸਦੀ ਰਹੀ ਤੇ ਉਹਦੀ ਜਿਹੜੀ ਯੰਗ ਏਜ ਚ એનર્ਜੀ ਜੋ ਸੀ ਸਾਨੂੰ ਕੁੜੀਆਂ ਨੂੰ ਪੜਾਉਣ ਦੀ ਗਾਈਡ ਕਰਨ ਦੀ ਉਹ ਜਾਂ ਕਹਿ ਲਓ ਮਾਹੌਲ ਜਾਂ ਮੁੰਡੇ ਥੋੜਾ ਜਿਹਾ ਜਿਵੇਂ ਲਾਪਰਵਾਹੀ ਕਹਿ ਲਓ ਵੀ ਮੇਰੇ ਭਰਾ ਪਲੱਸ 2 ਬੀਏ ਤੱਕ ਪੜਤਾ ਪੜੇਦਾ ਹੈ ਪਰ ਉਹਨਾਂ ਨੇ ਜਿੱਦਾ ਉਹਨਾਂ ਨੇ ਮੇਰੀ ਮਦਰ ਨੇ ਕਾਫੀ ਉਹਨਾਂ ਨੂੰ ਇਸ ਚੀਜ਼ ਦਾ ਅਫਸੋਸ ਰਿਹਾ ساری ਉਮਰ ਤੇ ਇਹ ਚੀਜ਼ ਸੀਗੀ ਵੀ ਸਾਨੂੰ ਬਾਕੀ ਇਹ ਗੱਲ ਸੀ ਵੀ ਜਿਹੜੇ ਕਿਸੇ ਤਰ੍ਹਾਂ ਵੀ ਕੁੜੀਆਂ ਨੂੰ ਆ ਜ਼ਿਆਦਾ ਤੌਰ ਤੇ ਹੁੰਦਾ ਵੀ ਉਹਨਾਂ ਦੇ ਵਿਆਹ ਕੀਤੇ ਜਾਂਦੇ ਆ ਬਿਨਾਂ ਦੱਸੇ ਇਹ ਚੀਜ਼ ਸਾਡੇ ਘਰ ਵਿੱਚ ਨਹੀਂ ਸੀ ਅੱਛਾ ਮੈਡਮ ਤੁਸੀਂ ਦੱਸੋ ਕਿ ਤੁਸੀਂ ਜਿਹੜਾ ਗੀਤ ਸੁਣਾਇਆ ਹੈ ਉਹਦੇ ਵਿੱਚ ਵੀ ਲਿਖਿਆ ਹੈ ਕਿ ਗੀਤ ਕਿਤੇ ਦੱਬ ਗਿਆ ਮੁੜ ਕੇ ਉਹ ਲੱਭਿਆ ਹੀ ਨਹੀਂ ਅਕਸਰ ਹੀ ਮੈਂ ਬਹੁਤ ਸਾਰੇ ਸਾਹਿਤਕਾਰ ਜਾਂ ਇਹ ਕਹਿ ਸਕਦੇ ਆ ਕਿ ਬਹੁਤ ਸਾਰੀ ਕੁੜੀਆਂ ਦੇ ਮੋਹੋਂ ਇਹ ਸੁਣਿਆ ਹੈ ਕਿ ਜਦੋਂ ਉਹ ਗੀਤ ਲਿਖਦੀਆਂ ਸਨ ਤਾਂ ਪਰਿਵਾਰ ਦੇ ਵੱਲੋਂ ਸਹਿਯੋਗ ਬਹੁਤੀ ਵਾਰ ਨਹੀਂ ਮਿਲਦਾ ਸੀ ਬਲਕਿ ਆਲੋchna ਹੀ ਉਹਨਾਂ ਨੂੰ ਸਹਿਨ ਕਰਨੀ ਪੈਂਦੀ ਸੀ ਤੁਹਾਡੇ ਨਾਲ ਕੀ ਹੋਇਆ ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਬਾਅਦ ਕੀ ਪਰਿਵਾਰ ਨੇ ਸਹਿਯੋਗ ਦਿੱਤਾ ਜਾਂ ਨਹੀਂ ਮੈਂ ਦੇਖੋ ਵਿਆਹ ਤੋਂ ਪਹਿਲਾਂ ਤਾਂ ਨਾ ਜਿਵੇਂ ਸਾਨੂੰ ਕਾਲਜ ਦੇ ਵਿੱਚ ਜਿਹੜੀ ਮੇਰੀ ਵੱਡੀ ਸਿਸਟਰ ਸੀ ਨਾ ਉਹ ਪੋਲੀਟੀਕਲ ਸਾਇੰਸ ਪੜ੍ਹਦੇ ਉੱਦੇ ਸੀ ਤੇ ਉਹਨਾਂ ਦੇ ਪ੍ਰੋਫੈਸਰ ਸੀਗੇ ਇਹ ਦਲਾਵਰ ਸਿੰਘ ਪਰ ਉਹ ਇੱਕ ਉਹ ਇੰਨੀ ਚੰਗੀ ਤਰ੍ਹਾਂ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਸੀ ਤੇ ਉਹ ਮੇਰੀ ਸਿਸਟਰ ਨੇ ਸਾਰਾ ਹੀ ਲੈਕਚਰ ਆ ਕੇ ਘਰੇ ਸੁਣਾ ਦੇਣਾ ਤੇ ਮੇਰਾ ਮਾਈਂਡ ਮਤਲਬ ਉਹਦੇ ਨਾਲ ਉਦਾਂ ਸੋਚਣ ਲੱਗ ਪਿਆ ਵੀ ਵਕਈ ਪੋਲਿਟਿਕਲੀ ਜਿਹੜੇ ਹੈਗੇ ਆ ਉਹ ਅਸੀਂ ਸਪਰੈਸ ਹੋ ਰਹੇ ਆ ਸਾਨੂੰ ਸਾਡੇ ਹੱਕ ਨਹੀਂ ਮਿਲ ਰਹੇ ਸਾਡਾ ਸਿਸਟਮ ਆ ਜਿਹੜਾ ਗਲਤ ਚੱਲ ਰਿਹਾ ਉਦੋਂ ਹੀ ਉਧਰ ਨੂੰ ਚੱਲ ਪਿਆ ਉਦੋਂ ਦੀਆਂ ਮੇਰੇ ਰਚਨਾਵਾਂ ਆਜ਼ਾਦੀ ਨੂੰ ਲੈ ਕੇ ਜਾਣ ਜਣੀਆਂ ਹੈਗੀਆਂ ਦੋ ਚਾਰ ਕਾਲਜ ਦੇ ਵਿੱਚ ਨਾ ਲੜਕੀਆਂ ਨੂੰ ਅੱਗੇ ਵਧਣ ਤੋਂ ਰੋਕਣ ਵਾਰ ਇਦਾਂ ਦੀਆਂ ਮੈਂ ਜਿਹੜੀਆਂ ਲਿਖਦੀ ਸੀ ਉੱਥੇ ਹੀ ਸੁਣਾ ਦੇਣੀਆਂ ਪਰਿਵਾਰ ਤੋਂ ਸੁਣਾ ਦੇਣੀਆਂ ਤੇ ਬਾਅਦ ਚ ਕੋਈ ਸੰਭਾਲ ਲੈਣੀਆਂ ਨਾ ਇਹ ਚੱਲਦਾ ਰਿਹਾ ਤੇ ਬਾਅਦ ਦੇ ਵਿੱਚੋਂ ਵਿਆਤੋਂ ਬਾਅਦ ਵੀ ਮੈਨੂੰ ਸਮੱਸਿਆਵਾਂ ਆਈਆਂ ਜਿਵੇਂ ਆਮ ਪਰਿਵਾਰ ਦੇ ਵਿੱਚ ਤਾਂ ਕੀ ਐਕਸਪੈਕਟ ਕੀਤਾ ਜਾਂਦਾ ਵੀ ਘਰ ਦਾ ਚੁੱਲ੍ਹਾ ਚੌਂਕਾ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਕੋਈ ਕੁੜੀ ਸੰਭਾਲੇ ਤੇ ਉਹਦੇ ਵਿੱਚ ਪਰ ਮੈਨੂੰ ਇਹ ਚੀਜ਼ ਸੀਗੀ ਵੀ ਮੈਂ ਆਪਣੀ ਜਿਹੜੀ ਹੈਗੀ ਆ ਇਹ ਲਿਖਣ ਵਾਲਾ ਕੋਈ ਉਸ ਵੇਲੇ ਵੀ ਜਾਂ ਉਹ ਤੋਂ ਬਾਅਦ ਵੀ 10 ਸਾਲ ਤੱਕ ਕੋਈ ਮੈਨੂੰ ਇਦਾਂ ਮੇਰਾ ਪਲੈਨਿੰਗ ਨਹੀਂ ਸੀ ਵੀ ਮੈਂ ਤਾਂ ਕੁਝ ਲਿਖਣਾ ਮੈਨੂੰ ਲਿਖਣ ਨਹੀਂ ਦਿੱਤਾ ਜਾ ਰਿਹਾ ਪਰ ਮੇਤੋਂ ਲਿਖਿਆ ਜਾਂਦਾ ਸੀ ਕੁਝ ਨਾ ਕੁਝ ਤੇ ਇਸ ਕਰਕੇ ਮੈਂ ਇਸੇ ਕਰਕੇ ਥੋੜਾ ਜਿਹਾ ਮੇਰੇ ਘਟ ਵੀ ਜਿਹੜੇ ਸੰਗ੍ਰਹਿ ਕਵ ਕਪਤਾ ਦੇ ਸੰਗ੍ਰਹਿ ਆਏ ਨੇ ਵੀ ਇੱਛਾ ਰਹੀ ਕਰਦੀ ਵੀ ਰਹੀ ਸੁਣਦੀ ਵੀ ਰਹੀ ਮਨ ਚ ਬਸਾਉਂਦੀ ਵੀ ਰਹੀ ਪਰ ਲਿਖਤੀ ਰੂਪ ਦੇ ਵਿੱਚ ਜਾਂ ਪ੍ਰਕਾਸ਼ਿਤ ਹੋਣ ਦੇ ਵਿੱਚ ਬਹੁਤ ਥੋੜਾ ਉਹਨਾਂ ਦੇ ਵਿੱਚੋਂ ਆਇਆ ਜੋ ਵੀ ਮੇਰੇ ਦਿਮਾਗ ਦੇ ਵਿੱਚ ਹੋਊਗਾ ਪਰ ਮਤਲਬ ਬਾਅਦ ਚੋਂ ਜਿਵੇਂ ਮੇਰੇ ਹਸਬੰਦ ਬਾਅਦ ਦੇ ਵਿੱਚ ਉਹ ਕਾਲਜ ਦੇ ਵਿੱਚ ਪ੍ਰੋਫੈਸਰ ਸੀਗੇ ਤੇ ਮੈਂ ਸਕੂਲ ਚ ਪੜਾਉਂਦੇ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਦੋਂ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਪਤਾ ਵੀ ਨਹੀਂ ਹੁੰਦਾ ਸੀ ਤੇ ਵੀ ਕਿਸੇ ਦੀ ਹੋਰ ਸੰਗਤ ਮਾਣੀ ਜਾਵੇ ਸਹਿਤ ਲਿਖਣ ਵਾਲੇ ਦੀ ਸੁਣਾਉਣ ਵਾਲੇ ਦੀ ਕਿਤੇ ਜਾਇਆ ਜਾਵੇ ਹਨਾ ਜਾਂ ਜੇ ਕਿਤੇ ਜਾਣਾ ਵੀ ਤਾਂ ਇੱਕ ਚੈੱਕ ਜ਼ਰੂਰ ਹੁੰਦਾ ਸੀ ਵੀ ਕਿੱਥੇ ਜਾਣਾ ਕਿਹਦੇ ਨਾਲ ਜਾਣਾ ਹਨਾ ਇਦਾਂ ਦਾ ਤੇ ਉਹ ਸਟੈਪ ਕਦੇ ਲਿਆ ਹੀ ਨਹੀਂ ਵੀ ਆਪਣੀਆਂ ਕਿਤਾਬਾਂ ਬੱਚਿਆਂ ਨੂੰ ਪੜ੍ਹਾਉਣਾ ਘਰੇ ਜਿਹੜੇ ਸਹਿਤ ਦੇ ਵਿੱਚ ਜੋ ਅੱਛੇ ਨਾਵਲ ਕਹਾਣੀਆਂ ਪੜ੍ਹੀ ਜਾਣੇ ਤੇ ਆਪਦਾ ਸਕੂਲ ਪੜ੍ਹਾਉਣਾ ਬੱਚਿਆਂ ਨੂੰ ਇਹ ਚੱਲੀ ਗਿਆ ਤੇ ਜਾਣੀ ਇਹਦੀ ਇੱਕ ਚੀਜ਼ ਥੋੜੀ ਜਿਹੀ ਵਾਰਨਿੰਗ ਮਿਲਦੀ ਸੀ ਵੀ ਸਹਿਤਕਾਰ ਇਦਾਂ ਦੀਆਂ ਗੱਲਾਂ ਮਾਰਦੇ ਹੁੰਦੇ ਆ ਤੇ ਵੀ ਰੋਕਿਆ ਜਾਂਦਾ ਸੀ ਕਿਸੇ ਢੰਗ ਨਾਲ ਹਨਾ ਡਾਇਰੈਕਟ ਨਹੀਂ ਪਰ ਇਹਦੇ ਵਿੱਚ ਫਰਕ ਜ਼ਰੂਰ ਪੈਂਦਾ ਜਦੋਂ ਬੰਦਾ ਜਿਵੇਂ ਹੁਣ ਇਹ ਕਾਲਜ ਦੇ ਵਿੱਚ ਜੋਬ ਕਰਦੇ ਸੀਗੇ ਤੇ ਬੱਚੇ ਮੇਰੇ ਵੱਡੇ ਹੋਏ ਜਿਵੇਂ ਜਿਵੇਂ ਮਾਹੌਲ ਦੇ ਵਿੱਚ ਸਾਡੇ ਸਾਰੇ ਸਮਾਜ ਦੇ ਵਿੱਚ ਇਹ ਚੀਜ਼ ਦਾ ਪਰਿਵਰਤਨ ਫਿਰ ਹੌਲੀ-ਹੌਲੀ ਆਇਆ ਤਾਂ ਇਹਨਾਂ ਨੂੰ ਇਹ ਚੀਜ਼ ਮਹਿਸੂਸ ਹੋਣ ਲੱਗੇਗੀ ਮੇਰੇ ਹਸਬੰਦ ਨੂੰ ਖਾਸ ਕਰਕੇ ਵੀ ਕੋਈ ਖਾਸ ਚੀਜ਼ ਹੈਗੀ ਆ ਤੇ ਜਿਹੜੀ ਨੂੰ ਅਸੀਂ ਵੀ ਐਵੇਂ ਲੋਕਾਂ ਦੇ ਡਰ ਕਰਕੇ ਪੂਰਾ ਨਹੀਂ ਹੁੰਦੇ ਤਾਂ ਫਿਰ ਮੈਂ ਇੱਥੇ ਭਾਰਤ ਨਗਰ ਸਕੂਲ ਦੇ ਵਿੱਚ ਜਦੋਂ ਮੈਂ ਸੀਗੀ ਨਾ ਲੈਕਚਰਰ ਪੰਜਾਬੀ ਦੀ ਤਾਂ ਪੰਜਾਬੀ ਭਵਨ ਨੇੜੇ ਸੀ ਤੇ ਉੱਥੇ ਮੈਂ ਥੋੜਾ ਬਹੁਤਾ ਜਾਣਾ ਸ਼ੁਰੂ ਕੀਤਾ ਤੇ ਇੱਕ ਬੱਚਿਆਂ ਨੇ ਮੇਰਿਆਂ ਨੇ ਮੇਰੀਆਂ ਪੋਇਮਸ ਗੀਤ गा ਕੇ ਪਸੰਦ ਬਹੁਤ ਕੀਤੀ ਤੇ ਉਹਦੇ ਕਰਕੇ ਮੈਨੂੰ ਫਿਰ ਹੱਲਾਸ਼ੇਰੀ ਮਿਲੀ ਤੇ ਫਿਰ ਅਸੀਂ ਪੁਰਾਣੀਆਂ ਰਚਨਾਵਾਂ ਲੱਭ ਕੇ ਇਕੱਠੀਆਂ ਕਰਕੇ ਤੇ 2007 ਵਿੱਚ ਫਿਰ ਮਿੱਟੀ ਬੋਲ ਪਈ ਆ ਮੇਰਾ ਜਿਹੜਾ ਹੈਗਾ ਪਹਿਲਾ ਕਾਪ ਸਿੰਘ ਰੈ ਜੀ ਇਹ ਉਦੋਂ ਕੀਤਾ ਤੇ ਆ ਦੀਵਾ ਜਗਦਾ 12 13 ਸਾਲਾਂ ਬਾਅਦ ਉਸ ਤੋਂ ਫਿਰ ਇਹ ਪ੍ਰਕਾਸ਼ਿਤ ਕੀਤਾ ਮਤਲਬ ਜਿਹੜੀ ਸੀ ਇਹ ਉਹ ਨਹੀਂ ਮੈਂ ਕਹਿੰਦੀ ਵੀ ਆਪਣੇ ਆਪ ਨੂੰ ਵੀ ਮੈਂ ਮੈਂ ਵੀ ਕੋਈ ਖੁੱਲ ਕੇ ਸਟੈਪ ਨਹੀਂ ਲਿਆ ਆਪਣੀ ਹਰ ਹੱਕ ਦੀ ਆਪਣੀ ਚੋਆਇਸ ਹੁੰਦੀ ਆ ਹਨਾ ਵੀ ਪ੍ਰਾਇੋਰਟੀ ਕਿਹਨੂੰ ਦਿੰਨੇ ਆ ਮੈਂ ਆਪਣੀ ਫੈਮਿਲੀ ਨੂੰ ਬੱਚਿਆਂ ਨੂੰ ਪਾਲਣ ਨੂੰ ਪੜਾਉਣ ਨੂੰ ਤੇ ਇਹਨੂੰ ਜ਼ਿਆਦਾ ਪ੍ਰੇਫਰ ਕਰਦੀ ਰਹੀ ਆ ਭਾਵੇਂ ਪੜ੍ਹਨ ਦਾ ਸ਼ੌਕ ਵੀ ਸੀ ਲਿਖਣ ਦਾ ਸ਼ੌਕ ਵੀ ਸੀ ਗਾਉਣ ਦਾ ਸ਼ੌਕ ਵੀ ਸੀ ਤੇ ਵਕ ਵਕ ਜਿਹੜੇ ਹੈਗੇ ਨੇ ਫੰਕਸ਼ਨ ਅਟੈਂਡ ਕਰਨ ਦਾ ਬੜਾ ਸ਼ੌਕ ਸੀ ਵੀ ਵਧੀਆ ਦੇਖਾਂ ਕਿਤੇ ਜਾਵਾਂ ਤੇ ਜਿੰਨਾ ਟਾਈਮ ਮੈਨੂੰ ਮਿਲ ਸਕਦਾ ਸੀ ਉਨਾ ਮੈਂ ਅਵੇਲ ਕਰਨ ਲੱਗੀ ਤੇ ਬਾਅਦ ਦੇ ਵਿੱਚੋਂ ਮਤਲਬ ਮੈਨੂੰ ਹੌਸਲਾ ਮਿਲਿਆ ਘਰ ਵੱਲੋਂ ਵੀ ਵੀ ਮੈਂ ਆਪਣੀ ਰਚਨਾਵਾਂ ਪ੍ਰਕਾਸ਼ਿਤ ਕਰਾਇਆ ਕਰਾਂ ਤੇ ਜਾਂ ਮੈਂ ਥੋੜਾ ਬਹੁਤਾ ਹਾਈਲਾਈਟ ਕਰਾਇਆ ਨਾ ਇਹਦੇ ਨਾਲ ਵੈਸੇ ਮੈਂ ਮਹਿਸੂਸ ਕੀਤਾ ਵੀ ਅੰਦਰ ਲਿਖ ਕੇ ਰਚਨਾ ਰੱਖ ਲੈਣੀ ਆਪਣੀ ਕਾਪੀ ਵਿੱਚ ਬੰਦ ਕਰ ਲੈਣੀ ਤਾਂ ਉਹ ਮੁਰਦਾ ਹੀ ਹੁੰਦੀਆਂ ਨੇ ਜੀ ਤੇ ਤਾਂ ਫਿਰ ਮੈਨੂੰ ਹੌਸਲਾ ਹੋਇਆ ਮੈਂ ਆਪਣੀਆਂ ਚਨਾਵਾਂ ਸੁਣਾਉਣ ਸੁਣਾਉਣ ਵੀ ਲੱਗੀ ਤੇ ਹੁਣ ਮੈਂ ਥੋੜਾ ਬਹੁਤਾ ਇੱਕ ਅੱਧੀ ਵੀਡੀਓ ਬਣਾ ਕੇ YouTube ਤੇ ਵੀ ਮੇਰਾ ਇੱਕ ਚੈਨਲ ਸ਼ੁਰੂ ਕੀਤਾ ਹੈ ਉਸ ਤੇ ਪਾ ਦੇਣੀ ਹੁੰਦੀ ਆ ਹਾਂਜੀ ਮੈਮ ਤੁਹਾਡੇ ਪਹਿਲੇ ਕਾਵ ਸੰਗ੍ਰਹਿ ਦੀ ਗੱਲ ਕਰਦੇ ਹਾਂ ਮਿੱਟੀ ਬੋਲ ਪਈ ਇਹ ਜ਼ਿਆਦਾਤਰ ਲੋਕ ਕਲਾਵਾਂ ਲੋਕ ਧਾਰਾ ਸੱਭਿਆਚਾਰ ਦੇ ਨਾਲ ਜੋ ਸੰਬੰਧਿਤ ਰਚਨਾਵਾਂ ਇਸ ਦੇ ਵਿੱਚ ਦਰਜ ਨੇ ਕੋਈ ਇੱਕ ਗੀਤ ਇਸ ਪੁਸਤਕ ਦੇ ਵਿੱਚ ਸਾਡੇ ਨਾਲ ਸਾਂਝਾ ਕਰੋ ਤੇ ਇਸ ਦੇ ਨਾਲ ਇਸ ਕਾਵ ਸੰਗ੍ਰਹਿ ਬਾਰੇ ਜ਼ਰੂਰ ਦੱਸੋ ਮੈਮ ਇਹ ਗੱਲ ਹੈਗੀ ਆ ਵੀ ਪਹਿਲਾ ਕਾਵ ਸੰਗ੍ਰਹਿ ਜਿਹੜਾ ਮਿੱਟੀ ਬੋਲ ਪਈ ਉਹ ਕੁਦਰਤੀ ਆ ਵੀ ਅਸੀਂ ਪਿੰਡੂ ਮਾਹੌਲ ਦੇ ਵਿੱਚ ਆਮ ਜਿਹੜਾ ਹੈਗਾ ਮਾਹੌਲ ਦੇ ਵਿੱਚ ਵੱਡੇ ਹੋਏ ਆ ਤੇ ਉਹਨਾਂ ਦੇ ਵਿੱਚ ਗੁਜ਼ਰੇ ਇਹ ਇਹਦੇ ਵਿੱਚ ਲੋਕ ਧਾਰਾ ਦਾ ਅਸਰ ਹੈ ਲੋਕ ਧਾਰਾ ਦਾ ਅਸਰ ਅੱਗੇ ਵੀ ਹੈ ਮੇਰੇ ਤਕਰੀਬਨ ਗੀਤ ਜਿਹੜੇ ਨੇ ਉਹ ਲੋਕ ਧਾਰਾ ਦੇ ਵਿੱਚ ਮੈਂ ਜਿਹੜਾ ਮੈਂ ਕੰਮ ਵੀ ਐਮਫਿਲ ਦਾ ਆਪਣਾ ਜਿਹੜਾ ਸੱਭਿਆਚਾਰਕ ਕੀਤਾ ਤੇ ਉਹ ਕੁਦਰਤੀ ਇਹਦੇ ਵਿੱਚ ਦਾਖਲ ਹੋ ਜਾਂਦਾ ਇਹ ਮਿੱਟੀ ਬੋਲ ਪਈ ਦੀ ਸਟੋਰੀ ਇਹ ਆ ਵੀ ਮੈਂ ਇੱਕ ਨਾ ਨਾਵਲ ਸ਼ੁਰੂ ਕੀਤਾ ਸੀ ਲਿਖਣਾ ਮਿੱਟੀ ਬੋਲ ਪਈ ਉਹਦੇ ਮੈਂ ਜਿਵੇਂ ਕਹੋ 1/3 ਲਗਭਗ ਲਿਖ ਲਿਆ ਸੀ ਉਹ ਨਾਵਲ ਦਾ ਨਾਮ ਮਿੱਟੀ ਬੋਲ ਪਈ ਰੱਖਣਾ ਸੀ ਤੇ ਉਹ ਪਰ ਹੋ ਨਹੀਂ ਸਕਿਆ ਵੀ ਕਰ ਸਕੀ ਕਿਉਂਕਿ ਵਾਰਤਕ ਲਿਖਣ ਵਾਸਤੇ ਉਹਨਾਂ ਚੀਜ਼ਾਂ ਵਾਸਤੇ ਬਹੁਤ ਟਾਈਮ ਚਾਹੀਦਾ ਜਿਹੜਾ ਕਿ ਉਦੋਂ ਛੋਟੇ ਬੱਚੇ ਜਦੋਂ ਹੁੰਦੇ ਆ ਕਿਸੇ ਲੇਡੀ ਕੋਲੇ ਆਮ ਨਹੀਂ ਹੁੰਦਾ ਤੇ ਉਹ ਡ੍ਰੌਪ ਹੋ ਗਿਆ ਮੇਰਾ ਤੇ ਉਹ ਫਿਰ ਉਸ ਤੋਂ ਬਾਅਦ ਜਦੋਂ ਮੈਂ ਇਹ ਮੇਰੇ ਮਿੱਟੀ ਬੋਲ ਪਈ ਦਿਮਾਗ ਦੇ ਵਿੱਚ ਰਹੀ ਚੀਜ਼ ਤਾਂ ਇਹਦੇ ਵਿੱਚ ਹੋਰ ਰਚਨਾਵਾਂ ਉਦੋਂ ਦੀਆਂ ਹੈ ਵੀ ਜਿਵੇਂ ਆਪਾਂ ਕਹਿ ਲਓ ਵੀ ਔਰਤ ਨੂੰ ਮਿੱਟੀ ਦੇ ਸਮਾਨ ਸਮਝਣਾ ਉਹਨੂੰ ਜਿਵੇਂ ਮਰਜ਼ੀ ਵਰਤਣਾ ਹਨਾ ਤੇ ਉਹ ਜਿਹੜੀ ਇਹਦੀ ਮੇਨ ਪੋਇਮਾ ਮੇਰੀ ਮਿੱਟੀ ਬੋਲ ਪਈ ਉਹਦੇ ਤੇ ਫਿਰ ਮੈਂ ਇਹਦਾ ਨਾਂ ਰੱਖਤਾ ਜੀ ਤੇ ਗੀਤ ਸਾਰੇ ਇਦਾਂ ਹੀ ਨੇ ਕੋਈ ਦਾਜ ਦੀ ਸਮੱਸਿਆ ਕੋਈ ਨਸ਼ਿਆਂ ਦੀ ਸਮੱਸਿਆ ਤੇ ਕੋਈ ਜਿਹੜੀ ਹੈਗੀ ਡਿਸਕ੍ਰਿਮੀਨੇਸ਼ਨ ਦੀ ਸਮੱਸਿਆ ਹੈ ਨਾ ਕੋਈ ਗਰੀਬੀ ਦੀ ਇਦਾਂ ਦੇ ਗੀਤ ਇਹਦੇ ਵਿੱਚ ਹੈ ਤੇ ਇੱਕ ਮੈਂ ਤੁਹਾਨੂੰ ਉਹਦੇ ਵਿੱਚੋਂ ਗੀਤ ਸੁਣਾਉਣ ਲੱਗੀਆਂ ਤੇ ਇਹ ਗੀਤ ਵੈਸੇ ਜੇ ਮੈਂ ਪੂਰਾ ਹੀ ਕਰ ਦਵਾਂ ਤਾਂ ਠੀਕ ਹੈ ਜਰੂਰ ਹਾਂ ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ ਨੀ ਅੱਜ ਵਗਣ ਹਵਾਵਾਂ ਸਿੱਲੀਆਂ ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ ਨੀ ਅੱਜ ਵਗਣ ਹਵਾਵਾਂ ਸਿੱਲੀਆਂ ਅੱਜ ਨੀਂਦ ਨਾ ਆਈ ਨੇੜੇ ਰਹਿ ਨਾਲ ਤਾਰਿਆਂ ਛੇੜੇ ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ ਅੱਜ ਵਗਣ ਹਵਾਵਾਂ ਸਿੱਲੀਆਂ ਅੱਜ ਅੰਬਰੋਂ ਟੁੱਟਿਆ ਤਾਰਾ ਨੀ ਅੱਜ ਅੰਬਰੋਂ ਟੁੱਟਿਆ ਤਾਰਾ ਕੋਈ ਹੋ ਗਿਆ ਵਾਕਾ ਮੜਾ ਅੱਜ ਪਿਆਰ ਤੇ ਵੱਜਿਆ ਢਾਕਾ ਰੇ ਹਚੁੱਪ ਵੇਖਦਾ ਨਾਕਾ ਅੱਜ ਮੈਲੀ ਵੋਤਲਾਂ ਖੁੱਲੀਆਂ ਚੁੱਕੀਆਂ ਦੀਆਂ ਖਿੰਡ ਗਈਆਂ ਫੁੱਲੀਆਂ ਨਾਲੇ ਚੁਗ ਚੋਲੀ ਵਿੱਚ ਪਾਵਾਂ ਨਾਲੇ ਜਗ ਕੋਲੋਂ ਸ਼ਰਮਾਵਾਂ ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ ਸਾਡੇ ਪਿਆਰ ਦਾ ਨਿਰਮਲ ਪਾਣੀ ਸਾਡੇ ਪਿਆਰ ਦਾ ਨਿਰਮਲ ਪਾਣੀ ਸੋਨੇ ਦਾ ਨ ਬਣਿਆ ਹਾਣੀ ਪੁੰਨਿਆਂ ਦੀ ਮਸਿਆ ਹੋਈ ਚੰਮ ਚੰਮ ਚਾਨਣੀ ਰੋਈ ਹੀਰੇ ਨੇ ਸ਼ੀਸ਼ਾ ਕਟਿਆ ਕਟ ਜ਼ੋਰ ਜ਼ੋਰ ਦੀ ਹਸਿਆ ਸ਼ੀਸ਼ੇ ਦੇ ਟੁਕੜੇ ਰੋਏ ਜਦ ਸੱਜਣ ਪਰਾਏ ਹੋਏ ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ ਅੱਜ ਦਰਦ ਮੰਦਾਂ ਦੀਆਂ ਆਹੀਂ ਅੱਜ ਦਰਦ ਮੰਦਾਂ ਦੀਆਂ ਆਹੀ ਲੁੱਕ ਰੋਈਆਂ ਆਪਣੀ ਬਾਹੀ ਨਾ ਥਲ ਵਿੱਚ ਵੱਜੀਆਂ ਚੀਕਾਂ ਪੁੰਨੂ ਦੀਆਂ ਖਤਮ ਓੜੀ ਕਾਂ ਸੁਪਨਿਆਂ ਦਾ ਸੋਹਾ ਚੂੜਾ ਹੋਇਆ ਪਲ ਵਿੱਚ ਨੀਲਾ ਗੂੜਾ ਅੰਜੂਆਂ ਦਾ ਪਾਣੀ ਖਾਰਾ ਸੁੱਕ ਗਿਆ ਸ਼ਰਮ ਦਾ ਮਾਰਾ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ ਅੱਜ ਜਉਣ ਮਰਨ ਦੀਆਂ ਗੱਲਾਂ ਨੀ ਅੱਜ ਜਉਣ ਮਰਨ ਦੀਆਂ ਗੱਲਾਂ ਬਣ ਗਈਆਂ ਕੂੜ ਦੀਆਂ ਛੱਲਾਂ ਟਹਿ ਗਈਆਂ ਰੇਤ ਦੀਆਂ ਕੰਦਾਂ ਟੁੱਟ ਗਈਆਂ ਪਿਆਰ ਦੀਆਂ ਤੰਦਾਂ ਜੀਨੂੰ ਆਪਣਾ ਬਣਾਇਆ ਮੋਕੇ ਕੋਈ ਹੋਰ ਲੈ ਗਿਆ ਖੋਕੇ ਸੀਨੇ ਤੇ ਚੱਲਿਆ ਆਰਾ ਜਦ ਮਹਿੰਗਾ ਵਿਖਿਆ ਲਾੜਾ ਨੀ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ ਨੀ ਅੱਜ ਵਗਣ ਹਵਾਵਾਂ ਸਿੱਲੀਆਂ ਅੱਜ ਨੀਂਦ ਨਾ ਆਈ ਨੇੜੇ ਰਹੇ ਨਾਲ ਤਾਰਿਆਂ ਛੇੜੇ ਅੱਜ ਅੱਖੀਆਂ ਗਿੱਲੀਆਂ ਗਿੱਲੀਆਂ ਬਹੁਤ ਹੀ ਖੂਬ ਦੇਲ ਕਾਰਿਆ ਸੇ ਕਾ ਕੀ ਸੁਣਦੇ ਰਹੀ ਤੁਹਾਡੀ ਆਵਾਜ਼ ਨੂੰ ਤੁਹਾਡੇ ਗੀਤ ਨੂੰ ਮੈਡਮ ਤੁਸੀਂ ਇਹ ਦੱਸੋ ਕਿ ਅਕਸਰ ਹੀ ਬਹੁਤ سارے ਲੋਕ ਇਹ ਕਹਿੰਦੇ ਆ ਕਿ ਸਾਹਿਤ ਲਿਖਿਆ ਕਿਵੇਂ ਜਾਂਦਾ ਹੈ ਇੰਨੀਆਂ ਵਧੀਆਂ ਕਵਿਤਾਵਾਂ ਲਿਖ ਕਿਵੇਂ ਲੀਆਂ ਜਾਂਦੀਆਂ ਹਨ ਬਹੁਤ سارے ਲੋਕ ਆ ਤੁਹਾਨੂੰ ਦੇਖ ਰਹੇ ਹੋਣਗੇ ਜੋ ਕਵਿਤਾ ਲਿਖਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਸ਼ੁਰੂਆਤ ਕਿੱਥੋਂ ਕੀਤੀ ਜਾਵੇ ਜੀਵੇਂ ਤੁਸੀਂ ਹੋਨੇ ਗੀਤ ਸੁਨਾਇਆ ਸ਼ਬਦਾਂ ਦੇ ਨਾਲ ਖੇਡਿਆ ਹੈ ਤੁਸੀਂ ਇੱਕ ਇੱਕ ਸ਼ਬਦ ਦਿਲ ਨੂੰ ਟੁੰਬ ਰਿਹਾ ਸੀ ਇੱਕ ਇੱਕ ਸ਼ਬਦ ਇਦਾਂ ਲੱਗ ਰਿਹਾ ਸੀ ਤੁਹਾਡੀ ਰੂਹ ਵਿੱਚੋਂ ਨਿਕਲਿਆ ਹੈ ਸਾਡੀ ਰੂਹ ਤੱਕ ਪੁੱਜ ਰਿਹਾ ਹੈ ਉਹਨਾਂ ਸਾਰੇ ਦਰਸ਼ਕਾਂ ਨੂੰ ਜੋ ਸਾਹਿਤ ਖੇਤਰ ਵਿੱਚ ਆਉਣਾ ਚਾਹੁੰਦੇ ਨੇ ਕੁਝ ਥੋੜੀ ਜਿਹੀ ਟਿਪਸ ਦਿਓ ਕੁਝ ਗੱਲਾਂ ਦੱਸੋ ਤਾਂ ਕਿ ਉਹ ਵੀ ਇਸ ਖੇਤਰ ਦੇ ਵਿੱਚ ਆ ਸਕਣ ਇਹ ਤੁਸੀਂ ਸਵਾਲ ਵਧੀਆ ਕੀਤਾ ਇਹ ਤਾਂ ਗੱਲ ਠੀਕ ਆ ਬਹੁਤ ਹੋਰ ਨਾਲ ਦੀਆਂ ਮੇਰੇ ਜਿਹੜੀਆਂ ਲੇਡੀਜ਼ ਨੇ ਉਹ ਵੀ ਪਹਿਲਾਂ ਜਦੋਂ ਤੁਹਾਡੇ ਵਾਂਗੂ ਪੜਦੇ ਹੁੰਦੇ ਸੀ ਕੁੜੀਆਂ ਵੀ ਇਹ ਗੱਲ ਕਹਿੰਦੇ ਸੀ ਵੀ ਦਿਮਾਗ ਤਾਂ ਬਹੁਤ ਕੁਝ ਸੋਚਦਾ ਪਰ ਲਿਖ ਨਹੀਂ ਸਕਦੇ ਹਨ ਇਹਦੇ 'ਚ ਹੁਣ ਮੈਂ ਇਹ ਤਾਂ ਜ਼ਰੂਰ ਕਹੂੰਗੀ ਵੀ ਜਿਵੇਂ ਹਰ ਬੰਦਾ ਹਰ ਇੱਕ ਕੰਮ ਨਹੀਂ ਕਰ ਸਕਦਾ ਇਹ ਵੀ ਪਰ ਜਿਹੜੀ ਪੋਇਟਰੀ ਆ ਇਹ ਕੁਝ ਮੈਂ ਦੂਜੇ ਪੱਕੀ ਸਾਹਿਤ ਨੂੰ ਮੰਨਦੀਆਂ ਵੀ ਉਹਦੇ 'ਚ ਪਲੈਨਿੰਗ ਵੱਧ ਚੱਲ ਜਾਂਦੀ ਆ ਵੀ ਕੋਈ ਤੁਸੀਂ ਪਲਾਨ ਕਰਦੇ ਹੋ ਵੀ ਮੈਂ ਇਸ ਵਿਸ਼ੇ ਤੇ ਕਹਾਣੀ ਲਿਖਣੀ ਆ ਉਹਦਾ ਮੈਂ ਕੀ ਪਲਾਟ ਬਣਾਵਾ ਕੀ ਕਰਾਂ ਜਾਂ ਤੁਸੀਂ ਵਾਰਤਕ ਚ ਕੁਝ ਸੋਹਣਾ ਲੇਖ ਲਿਖਣਾ ਉਹ ਚੀਜ਼ ਹੋ ਸਕਦੀ ਆ ਤੇ ਇਹਦੇ ਵਿੱਚ ਤਾਂ ਜਿਹੜੀ ਵੀ ਤੁਹਾਨੂੰ ਕੋਈ ਇਨਸੀਡੈਂਟ ਤੁਮ ਤੁਮ ਗਿਆ ਅੰਦਰ ਤੁਹਾਡੇ ਦਿਲ ਦੇ ਘਰ ਕਰ ਗਿਆ ਉਹ ਪਤਾ ਨਹੀਂ ਕਿੱਥੋਂ ਤੁਹਾਡੇ ਅੰਦਰੋਂ ਹੀ ਕੋਈ ਚੀਜ਼ ਬੂਲਦੀ ਆ ਤੇ ਉਹ ਤੁਸੀਂ ਸ਼ਬਦ ਜਿਹੜੇ ਹੈਗੇ ਨੇ ਉਹ ਸ਼ਬਦਾਂ ਦੇ ਵਿੱਚ ਭਰੋਈ ਜਾਂਦੀ ਆ ਪਰ ਨਾਲ ਦੀ ਨਾਲ ਜਿਹੜਾ ਕਿਸ ਦੂਜੇ ਨੂੰ ਕਹਿਣ ਵਾਲੀ ਗੱਲ ਮੈਂ ਇਹ ਕਹੂੰਗੀ ਮੇਸ਼ ਸ਼ਬਦ ਜਿਹੜੇ ਨੇ ਉਹ ਕਮਾਏ ਜਾਂਦੇ ਨੇ ਜੀ ਉਹ ਥਾਲੀ ਵਿੱਚ ਕਦੇ ਵੀ ਪਏ ਨਹੀਂ ਮਿਲਦੇ ਜਦੋਂ ਆਪਾਂ ਨਿੱਕੇ ਹੁੰਦੇ ਤਾਂ ਪੜ੍ਹਦੇ ਆਂ ਤਾਂ ਆਪਾਂ ਨੂੰ ਉਦੋਂ ਲੱਗਦਾ ਹੁੰਦਾ ਵੀ ਆ ਨਵਾਂ ਸ਼ਬਦ ਮੈਨੂੰ ਅਰਥ ਦੱਸਣ ਨੂੰ ਕਿੰਨੀ ਧੀਰ ਲਾਤੀ ਪਰ ਲੈਂਗੁਏਜ ਜਦੋਂ ਅਸੀਂ ਸਿੱਖਦੇ ਆਂ ਹਰ ਸ਼ਬਦ ਜਿਹੜਾ ਹੈਗਾ ਉਹ ਬੜਾ ਕੀਮਤੀ ਹੁੰਦਾ ਪਤਾ ਨਹੀਂ ਉਹਨੇ ਕਿੱਥੇ ਮੋਤੀ ਬਣ ਕੇ ਜੜਿਆ ਜਾਣਾ ਬਾਦ ਦੇ ਵਿੱਚ ਇਸ ਕਰਕੇ ਸ਼ਬਦ ਦੀ ਕਦਰ ਕਰਨੀ ਸ਼ਬਦ ਜਿਹੜੇ ਹੈਗੇ ਸੰਭਾਲਣੇ ਤੇ ਸ਼ਬਦਾਂ ਨੂੰ ਜਿਹੜਾ ਹੈਗਾ ਅਰਥ ਦੇਣੇ ਇਹ ਤੁਹਾਡੇ ਅੰਦਰ ਮਾਈਂਡ ਦੇ ਵਿੱਚ ਉਹ ਜਿਹੜੀ ਹੈਗੀ ਆ ਸੋਚ ਕ੍ਰੀਏਟ ਇਹੋ ਜੀ ਹੋ ਜਾਣੀ ਚਾਹੀਦੀ ਆ ਤੁਹਾਡਾ ਐਟੀਟਿਊਡ ਇਹੋ ਬਣ ਜਾਣਾ ਚਾਹੀਦਾ ਵੀ ਤੁਸੀਂ ਜਿਹੜੀ ਵੀ ਚੀਜ਼ ਪੜ੍ਹਦੇ ਹੋ ਲਿਖਦੇ ਹੋ ਸੁਣਦੇ ਹੋ ਤੇ ਉਹਨੂੰ ਤੁਸੀਂ ਉਹਦੇ ਅਰਥ ਆਪਣੇ ਢੰਗ ਨਾਲ ਸੋਚੋ ਜਣੀ ਸੋਚਣ ਦੀ ਗਹਿਰਾਈ ਜ਼ਰੂਰ ਹੋਣੀ ਚਾਹੀਦੀ ਆ ਤੇ ਇੱਕ ਮੈਂ ਸੋਚਦੀ ਹੁੰਨੀ ਆ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਰਾਮ ਰੌਲੇ ਤੋਂ ਬਹੁਤਾ ਜੜੀ ਹੈਗੀ ਭਜਨਾਟ ਤੋਂ ਟੋਣੀ ਜੀ ਕਿਤੇ ਨਾ ਕਿਤੇ 24 ਘੰਟੇ ਚ ਵੇਲ ਜ਼ਰੂਰ ਚਾਹੀਦੀ ਆ ਜਿਹੜੀ ਕਿ ਮੈਂ ਮਹਿਸੂਸ ਵੀ ਕੀਤੀ ਵੀ ਮੈਨੂੰ ਘੱਟ ਮਿਲੀ ਤੇ ਉਹ ਚੀਜ਼ ਜੇ ਅਸੀਂ ਮੈਨੇਜ ਕਰ ਲਈਏ ਟਾਈਮ ਤਾਂ ਜ਼ਰੂਰ ਆ ਵੀ ਤੁਸੀਂ ਜੜੀਆਂ ਘਟਰਾਵਾਂ ਸੁਣਦੇ ਹੋ ਦੇਖਦੇ ਹੋ ਜਾਂ ਤੁਹਾਡੇ ਨਾਲ ਵਾਪਰਗੀਆਂ ਜਾਂ ਤੁਹਾਡੇ ਕਿਸੇ ਨੇੜੇ ਦੇ ਨਾਲ ਵਾਪਰਗੀਆਂ ਉਹਦੇ ਬਾਰੇ ਤੁਸੀਂ ਸੋਚਦੇ ਹੋ ਤਾਂ ਤੁਸੀਂ ਉਹਨੂੰ ਜਿਹੜਾ ਹੈਗਾ ਪੇਸ਼ ਕਰ ਸਕਦੇ ਹੋ ਜੀ ਤੇ ਪੋਇਟਰੀ ਜਾਂ ਕਵਿਤਾ ਇਹ ਬਹੁਤ ਵਾਰੀ ਇਹ ਅਚਾਨਕ ਹੀ ਦਿਮਾਗ ਦੇ ਵਿੱਚ ਆਉਂਦੀ ਵੀ ਆ ਗੱਲ ਮੈਂ ਇਦਾਂ ਕਹਿ ਸਕਦੀ ਆ ਉਹੀ ਗੱਲ ਵੀ ਕਲਾ ਦੀ ਜਿਹੜੀ ਹੈਗੀ ਆ ਰੋਲ ਇੱਥੇ ਆ ਜਾਂਦਾ ਠੀਕ ਆ ਵੀ ਹੁਣ ਤਾਂ ਨਾਰਮਲ ਆਪਾਂ ਖਾਣਾ ਸਾਰੇ ਹੀ ਖਾਂਦੇ ਆ ਪਰ ਜਿਹਨੂੰ ਜਿਹਦੇ ਚ ਕਲਾਤਮਕ ਹੱਥ ਹੁੰਦਾ ਉਹ ਉਸੇ ਖਾਣੇ ਨੂੰ ਉਸੇ ਢੰਗ ਨਾਲ ਪਰੋਸ ਦੇਣਾ ਉਹਨੂੰ ਦੇਖਣ ਨੂੰ ਸੋਹਣਾ ਬਣਾ ਦੇਣਾ ਹਨਾ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਹੈਗੀਆਂ ਵੀ ਸ਼ਬਦ ਤਾਂ ਸ਼ਬਦ ਹੁੰਦੇ ਹੀ ਨੇ ਤੇ ਸ਼ਬਦਾਂ ਨੂੰ ਕਿਹੜੇ ਵੇਲੇ ਕਿਸ ਥਾਂ ਤੇ ਕਿਸ ਅਰਥ ਵਿੱਚ ਲਿਆ ਜਾਣਾ ਇਹ ਜਿਹੜਾ ਜਦੋਂ ਸਮਝ ਡਿਵੈਲਪ ਹੋ ਜਾਵੇ ਤੁਹਾਡੀ ਤੇ ਤੁਹਾਡੇ ਜਿਹੜੇ ਇੱਕ ਗੱਲ ਹੋਰ ਆ ਜਿਹੜੀ ਕਵਤਾ ਇਹ ਜਜ਼ਬੇ ਦੀ ਦੁਨੀਆ ਜੀ ਇਹ ਕੱਲੇ ਤਰਕ ਦੀ ਦੁਨੀਆ ਨਹੀਂ ਹੈਗੀ ਤਰਕ ਦੀ ਘਾਟ ਆ ਜਜ਼ਬੇ ਦੀ ਵਾਧਾ ਮਤਲਬ ਹਾਂ ਬਿਲਕੁਲ ਜਜ਼ਬਾ ਜਿਹੜਾ ਹੈਗਾ ਬੰਦੇ ਦੇ ਵਿੱਚ ਉਹ ਹੋਣਾ ਚਾਹੀਦਾ ਤੇ ਪੋਜ਼ਿਟਿਵ ਵਿਊ ਦਾ ਜੇ ਹੈ ਉਹ ਪੋਜ਼ਿਟਿਵ ਖਿਆਲਾਂ ਬਾਰੇ ਤੁਹਾਡੇ ਜਜ਼ਬੇ ਜਾਗਦੇ ਨੇ ਸੁਚੇਤ ਨੇ ਤਾਂ ਤੁਸੀਂ ਕੁਦਰਤੀ ਕੈਚ ਉਹ ਜੀਆਂ ਗੱਲਾਂ ਕਰ ਲੈਨੇ ਹੋ ਜੇ ਤੁਹਾਡੇ ਦਿਲ ਨੂੰ ਨਹੀਂ ਲੱਗਦੀ ਤਾਂ ਤੁਸੀਂ ਕਿਸੇ ਨੂੰ ਲੱਗਣ ਵਾਲੀ ਕਿਵੇਂ ਕਰਦੇ ਹੋਗੇ ਇਹ ਕੁਦਰਤੀ ਗੱਲ ਹੈ ਵੀ ਜਿਹੜਾ ਲਿਖਣ ਵਾਲਾ ਬੰਦਾ ਉਹ ਸੰਵੇਦਨਸ਼ੀਲ ਜ਼ਰੂਰ ਹੋਵੇ ਮਨੁੱਖਤਾ ਦੇ ਪ੍ਰਤੀ ਤੇ ਹਰ ਇੱਕ ਜੀਵ ਪ੍ਰਤੀ ਹਰ ਸਿਚੁਏਸ਼ਨ ਪ੍ਰਤੀ ਤਾਂ ਜਿਹੜੀ ਸੰਵੇਦਨਸ਼ੀਲਤਾ ਉਹ ਜ਼ਰੂਰ ਹੋਣੀ ਚਾਹੀਦੀ ਆ ਉਹ ਉਹ ਜੇ ਤੁਹਾਨੂੰ ਕਿਸੇ ਵੇਲੇ ਰੁੱਖਾਪਨ ਜ਼ਿੰਦਗੀ ਵਿੱਚ ਆਉਂਦਾ ਹੀ ਆ ਤਾਂ ਮੇਰੇ ਹਿਸਾਬ ਨਾਲ ਉਹਨੂੰ ਤੁਸੀਂ ਕੱਟ ਕਰੋ ਉਸੇ ਵੇਲੇ ਪਿੱਛੇ ਮੁੜੋ ਤੇ ਜਿਹੜਾ ਹੈਗਾ ਆਪਣੀ ਮਨੁੱਖਤਾ ਦੇ ਭਲੇ ਵੱਲ ਨੂੰ ਸੋਚਣ ਜੇ ਤੁਸੀਂ ਜਾਓਗੇ ਤਾਂ ਕੁਦਰਤੀ ਆਵੀ ਤੁਹਾਨੂੰ ਜਿਹੜੇ ਸ਼ਬਦ ਨੇ ਉਹ ਰਾਹ ਦਿੰਦੇ ਜਾਣਗੇ ਤੇ ਉਹ ਟਾਈਮਸ ਰਾਕੇ ਤੁਹਾਡੇ ਜਿਹੜਾ ਹੈਗਾ ਰਚਨਾ ਦਾ ਹਿੱਸਾ ਬਣਨਗੇ ਤੁਸੀਂ ਕਿੰਨਾ ਦਾ ਸਾਹਿਤ ਪੜਦੇ ਹੋ ਕਿਹੜੇ ਸਾਹਿਤਕਾਰਾਂ ਨੂੰ ਜ਼ਿਆਦਾ ਪਸੰਦ ਕਰਦੇ ਹੋ ਹਾਂਜੀ ਮੈਂ ਐਕਚੁਅਲੀ ਦੇਖਿਆ ਜਾਵੇ ਤਾਂ ਨਾ ਮੈਂ ਸਭ ਤੋਂ ਜ਼ਿਆਦਾ ਜਿਹੜੀ ਸਭ ਤੋਂ ਪਹਿਲਾਂ ਅਵਿਸਲੇ ਟਾਈਮ 'ਚ ਮੈਂ ਜਦੋਂ ਪੜੇ ਨੇ ਉਦੋਂ ਤਾਂ ਮੈਂ ਨਾਵਲ ਜਸਵੰਤ ਸਿੰਘ ਕਮਲ ਤੇ ਨਾਨਕ ਸਿੰਘ ਦੇ ਹੀ ਪੜੇ ਨੇ ਤੇ ਗੁਰਵਖ ਸਿੰਘ ਪ੍ਰੀਤ ਲੜੀ ਦਾ ਰਸਾਲਾ ਬਹੁਤ ਪੜਿਆ ਹਨਾ ਜੀ ਤੇ ਐਮਏ ਦੇ ਵਿੱਚ ਗੁਰਵਖ ਸਿੰਘ ਪ੍ਰੀਤ ਲੜੀ ਦੇ ਸਾਨੂੰ ਕਾਫੀ ਬੁੱਕਸ ਹੁੰਦੀਆਂ ਸੀਗੀਆਂ ਜੀਵਨ ਜਾਂਚ ਵਗੈਰਾ ਤੇ ਉਹ ਜਿਹੜੇ ਲੇਖ ਪੜ੍ਹ ਕੇ ਮੈਨੂੰ ਮਤਲਬ ਮੇਰੇ ਦਿਮਾਗ ਨੂੰ ਬਹੁਤ ਇਸ ਚੀਜ਼ ਦਾ ਚਾਨਣ ਹੋਇਆ ਤੇ ਇੱਕ ਜਦੋਂ ਮੈਂ ਐਮਫਿਲ ਕਰਦੀ ਸੀ ਗੁਰੂ ਨਾਨਕ ਯੂਨੀਵਰਸਿਟੀ ਅਮਰitsar ਉਸ ਵੇਲੇ ਮੈਂ ਪਹਿਲੀ ਵਾਰ ਹੀ ਦੇਖਿਆ ਵੀ ਜਿਹੜੀ ਕਿਤਾਬਾਂ ਦੀ ਦੁਨੀਆ ਇਹ ਬੜੀ ਵਧੀਆ ਚੀਜ਼ ਹੁੰਦੀ ਆ ਬਈ ਮੈਂ ਲਾਇਬ੍ਰੇਰੀ ਦੇ ਅੰਦਰ ਪੈਰ ਪਾਉਣਾ ਤੇ ਮੈਨੂੰ ਮਤਲਬ ਇੱਕ ਨਾ ਅਹਜਾ ਤਸੱਲੀ ਮਿਲਣੀ ਚਾਹ ਚੜਜਣਾ ਵੀ ਮੈਂ ਪਤਾ ਨਹੀਂ ਕਿੱਥੇ ਆ ਗਈ ਐਂ ਕਰਨਾ ਦਿਲ ਵੀ ਕਿਹੜੀ ਕਿਤਾਬ ਚੱਕ ਲਈਏ ਕਿਹੜੀ ਰੱਖ ਲਈਏ ਕਿਹੜੀ ਪੜ ਲਈਏ ਹਨਾ ਸਾਰੀਆਂ ਜਿਵੇਂ ਜੀ ਕਰੇ ਵੀ ਇੱਕੋਦਮ ਪੜ ਲਾਂ ਬਈ ਆਪਦਾ ਸਾਰਾ ਜਿਹੜਾ ਹੈਗਾ ਪੜਨ ਲਿਖਣ ਦਾ ਚਾਹ ਪੂਰਾ ਕਰਾ ਉੱਥੇ ਜਾ ਕੇ ਮਤਲਬ ਮੈਨੂੰ ਇਸ ਚੀਜ਼ ਦਾ ਜਿਹੜਾ ਹੈਗਾ ਜ਼ਿਆਦਾ ਮਹਿਸੂਸ ਹੋਇਆ ਸਰਵ ਦੇ ਨਾਲ ਜੁੜਨ ਦਾ ਤੇ ਇਹ ਮੈਂ ਜਿਹੜੇ ਸਹਿਤਕਰ ਤੁਹਾਨੂੰ ਨਾਂ ਲਿਆ ਇਹਨਾਂ ਦੀਆਂ ਰਚਨਾਵਾਂ ਮੈਂ ਬਚਪਨ ਦੇ ਵਿੱਚ ਪੜੀਆਂ ਸੋਹਣ ਸਿੰਘ ਸੀਤਲ ਜੀ ਦੀ ਕਿਤਾਬ ਜਿਹੜੀ ਸਿੱਖ ਰਾਜ ਕਿਵੇਂ ਗਿਆ ਪੜਿਆ ਨਾ ਮੈਂ ਉਹਦੇ ਵਿੱਚ ਜਿਹੜੇ ਦਰਦਨਾਕ ਉਹਨਾਂ ਦੇ ਗੀਤ ਸੀਗੇ ਜਦੋਂ ਅੰਦਰ ਨੂੰ ਉਹਨਾਂ ਦੇ ਬੱਚਿਆਂ ਨੂੰ ਮਹਾਰਾਜਾਂ ਨੂੰ ਤਾਂ ਉਹ ਮਾਂ ਕਿਦਾਂ ਵੈਣ ਪੁੰਦੀ ਆ ਬਾਹਰ ਉਹ ਚੀਜ਼ਾਂ ਮੈਨੂੰ ਬੜੀਆਂ ਅੰਦਰੋਂ ਹੀ ਪਿੰਚ ਕਰਦੀਆਂ ਭਾਵੇਂ ਮੈਂ ਉਹ 8ਵੀਂ ਜਮਾਤ ਚ ਪੜ੍ਹੀ ਸੀ ਪਰ ਉਹ ਵੱਡੇ ਹੁੰਦੇ ਤੱਕ ਮੇਰੇ ਦਿਮਾਗ ਦੇ ਵਿੱਚ ਰਹਾ ਕਰुणा ਭਾਵ ਜਿਹੜਾ ਹੈ ਉਹ ਕਿਤਾਬ ਵੀ ਮੈਨੂੰ ਜਾਨੀ ਉਸ ਵੇਲੇ ਲੱਗੀ ਵੀ ਇਹ ਕਿੰਨਾ ਸੋਹਣਾ ਤੇ ਮੌਨ ਸਿੰਘ ਦੀਆਂ ਜਿਹੜੀਆਂ ਕਵਤਾਵਾਂ ਪੜ੍ਹਨੀ ਆ ਉਹ ਤਾਂ ਪੁੱਛੋ ਹੀ ਨਾ ਮੈਨੂੰ ਇੰਨੀ ਵਧੀਆ ਲੱਗੀ ਬਸੰਤ ਉਹਨਾਂ ਦੀ ਕਵਤਾ ਪੜ੍ਹ ਕੇ ਤੇ ਮੈਂ ਪਤਾ ਨਹੀਂ ਕਿੰਨਾ ਕ ਰੋਈ ਬਹੁਤ ਵਾਰੀ ਇਦਾਂ ਇਹ ਨਾ ਸਹਿਤਕਾਰਾਂ ਦਾ ਜ਼ਿਆਦਾ ਤੇ ਅੱਜ ਕੱਲ ਫਿਰ ਜਦੋਂ ਪੋਇਟਰੀ ਦੀਆਂ ਬੰਨਾ ਸਰਜੀਤ ਪਾਤਰ ਜੀ ਦੀ ਪੋਇਟਰੀ ਪੜ੍ਹਦੀਆਂ ਮੈਨੂੰ ਰਵਿੰਦਰ ਪੱਠਲ ਜੀ ਦੀਆਂ ਖੁੱਲੀਆਂ ਕਵਤਾਵਾਂ ਬਹੁਤ ਅੱਛੀਆਂ ਲੱਗਦੀਆਂ ਨੇ ਭਾਵੇਂ ਮੈਂ ਖੁੱਲੀ ਘੱਟ ਲਿਖਦੀ ਆ ਜੀ ਪਰ ਮੈਂ ਉਹਨਾਂ ਦੀਆਂ ਕਵਤਾਵਾਂ ਖੁੱਲੀਆਂ ਜਦੋਂ ਪੜ੍ਹਦੀ ਆ ਖਾਸ ਕਰਕੇ ਜ ਤੇ ਉਹਦਾ ਜਣੀ ਫਿਰ ਜਿਹੜਾ ਅਸਲੀ ਪ੍ਰਭਾਵ ਆ ਤੁਹਾਡੇ ਤੇ ਪੈਂਦਾ ਸੋਚ ਦਾ ਪੈਂਦਾ ਜਿਹੜੀ ਹੈ ਤੇ ਇਸ ਕਰਕੇ ਮੇਰੀ ਬਸ ਮਤਲਬ ਸੋਚ ਜਿਹੜੀ ਸੀ ਉਹ ਥੋੜੀ ਜੀ ਏਸੇ ਪਾਸੇ ਹੀ ਰਹੀ ਵੀ ਕਾਣੀ ਵੰਡ ਜਿਹੜੀ ਹੈਗੀ ਆ ਸਮਾਜ ਦੇ ਵਿੱਚ ਕਿਉਂ ਆ ਚਾਹੇ ਘਰੇ ਪਰਿਵਾਰ ਚਾਹੇ ਸਮਾਜ ਦੇ ਵਿੱਚ ਆ ਚਾਹੇ ਪੋਲੀਟੀਕਲੀ ਜੋ ਵੀ ਮਤਲਬ ਮੈਂ ਇਸ ਤਰ੍ਹਾਂ ਸੋਚਦੀ ਆ ਵੀ ਸਮਾਜ ਦੇ ਵਿੱਚ ਸਭ ਨੂੰ ਬਣਦਾ ਜਿਹੜਾ ਉਹਦਾ ਹਿੱਸਾ ਮਿਲਣਾ ਚਾਹੀਦਾ ਇਹ ਸੋਚ ਮੇਰੇ ਅੰਦਰ ਘਰ ਕਰ ਗਈ ਹੋਈ ਆ ਤੇ ਇਹ ਮੈਨੂੰ ਜਾਦਾ ਫਿਰ ਪ੍ਰੇਰਣਾ ਮਿਲਦੀ ਆ ਚੰਗੀ ਕਿਤਾਬ ਤਾਂ ਮੈਨੂੰ ਹੁਣ ਵੀ ਮਤਲਬ ਜੇ ਕਿਧਰੋਂ ਮਿਲ ਜਵੇ ਤਾਂ ਮੈਂ ਹਰ ਕੁਝ ਕੱਟ ਕਰ ਗਿਆ ਹੁਣੇ ਜਿਹੇ ਮੈਂ ਗੁਰਵਚਨ ਭੁੱਲਰ ਜੀ ਦੀ ਕਿਤਾਬ ਕੱਚੇ ਦੁੱਧ ਵਰਗੇ ਲੋਕ ਇੱਕ ਪੜੀ ਬੜਾ ਮਹਰਾਨ ਆ ਵੀ ਇਹ ਕੱਚੇ ਦੁੱਧ ਵਰਗੇ ਲੋਕ ਤਾਂ ਹਜ਼ਾਰਾਂ ਹੀ ਜ਼ਿੰਦਗੀ ਦੇ ਵਿੱਚ ਅਸੀਂ ਦੇਖੇ ਪਰ ਅਸੀਂ ਤਾਂ ਉਹਨਾਂ ਦੀ ਕਿਤੇ ਵਰਣਨ ਨਹੀਂ ਕੀਤਾ ਹਨਾ ਤੇ ਇਹ ਸਹਿਤਕਾਰ ਦੀ ਕਰਮਾਤਾ ਵੀ ਉਹ ਅੱਛੇ ਲੋਕਾਂ ਬਾਰੇ ਉਹਨੇ ਇੰਨੀ ਸੋਹਣੀ ਕਿਤਾਬ ਲਿਖੀ ਤੇ ਤਾਂ ਅਸੀਂ ਪੜਦੇ ਆ ਤਾਂ ਉਹ ਜਿਹੇ ਜਿਹੜੇ ਜੇ ਉਹਨਾਂ ਨੇ ਚਾਚੇ ਮਾਮਿਆਂ ਦੀ ਗੱਲਾਂ ਕੀਤੀਆਂ ਸਾਡੇ ਘਰ ਘਰ ਨੇ ਤੇ ਇਹ ਚੀਜ਼ਾਂ ਵੀ ਸੰਵੇਦਨਾ ਬਿਲਕੁਲ ਤੁਹਾਡੇ ਅੰਦਰ ਜ਼ਰੂਰ ਕ੍ਰੀਏਟ ਹੋਣੀ ਚਾਹੀਦੀ ਆ ਤੁਸੀਂ ਆਪਣਾ ਕਨਸਰਨ ਫੀਲ ਕਰੋ ਵੀ ਹਾਂ ਹਰ ਚੰਗੇ ਕੰਮ ਨਾਲ ਮੇਰਾ ਕੁਛ ਨਾ ਕੁਛ ਵਾਹ ਵਾਸਤਾ ਜੀ ਮੈਮ ਇੱਕ ਚੀਜ਼ ਜੋ ਅੱਜ ਕੱਲ ਆਮ ਪ੍ਰਚਲਿਤ ਹੈ ਕਿ ਜੋਕ ਕੇ ਸਮੇਂ ਵਿੱਚ ਜੋ ਸਾਹਿਤ ਰਚਿਆ ਜਾ ਰਿਹਾ ਹੈ ਉਹਦੇ ਵਿੱਚੋਂ ਜ਼ਿਆਦਾਤਰ ਸਾਹਿਤ ਜਿਹੜਾ ਹੈ ਕੱਟ ਕਾਪੀ ਪੇਸਟ ਹੈ ਕਿ ਬਹੁਤ ਸਾਰੇ ਅਜੇਹੀ ਸਾਹਿਤਕਾਰ ਹਨ ਜੋ ਦੂਜੇ ਦੇਸ਼ਾਂ ਦੇ ਸਾਹਿਤ ਨੂੰ ਪੜ੍ਹਦੇ ਆ ਉਹਦੇ ਵਿੱਚੋਂ ਹੀ ਕੋਈ ਖਾਸ ਚੀਜ਼ਾਂ ਚੁੰਦੇ ਆ ਤੇ ਉਹਨਾਂ ਨੂੰ ਥੋੜੀ-ਬੋਤੀ ਸ਼ਬਦਾਵਲੀ ਨੂੰ ਬਦਲ ਕੇ ਉਸੇ ਤਰੀਕੇ ਦੇ ਨਾਲ ਪੇਸ਼ ਕਰਕੇ ਆਪਣੇ ਨਾਮ ਨਾਲ ਪ੍ਰਕਾਸ਼ਿਤ ਕਰ ਲੈਂਦੇ ਆ ਤੁਸੀਂ ਕਿੰਨਾ ਕੁ ਸਹਿਮਤ ਹੋ ਤੇ ਜੇ ਸਹਿਮਤ ਹੋ ਤੇ ਇਹ ਸਮੱਸਿਆ ਕਿਉਂ ਆ ਰਹੀ ਹੈ ਦੇਖੋ ਮੈਂ ਨਾ ਇਹਦੇ ਵਿੱਚ ਮੈਂ ਕਦੇ ਬਹੁਤਾ ਡੂੰਗਾ ਨਹੀਂ ਗਈ ਮੈਂ ਸੁਣਦੀ ਬਹੁਤ ਆ ਹੂੰ ਵੀ ਆ ਨਕਲ ਕੀਤੀ ਗਈ ਜਾਂ ਐਂ ਕੀਤੀ ਗਈ ਇਹਦੇ 'ਚ ਨਾ ਮੇਰੇ ਇੱਕ ਵਿਚਾਰ ਮਨ ਚ ਆਉਂਦਾ ਹੁੰਦਾ ਵੀ ਨਕਲ ਕਰਨ ਵਾਲੇ ਤਾਂ ਸ਼ਾਇਦ ਥੋੜੇ ਹੋਣਗੇ ਜਿਹੜੇ ਜਾਣ ਕੇ ਨਕਲ ਕਰਦੇ ਹੋਣਗੇ ਜਦੋਂ ਸਾਡੇ ਮਨ ਦੇ ਵਿੱਚ ਇੱਕ ਇਹੋ ਜਿਹਾ ਵਿਚਾਰ ਇੱਛਾ ਤੇਜ਼ ਕ੍ਰੀਏਟ ਹੋ ਜਾਵੇ ਵੀ ਮੈਂ ਵੀ ਸੈਤਕਰ ਬਣ ਜਾ ਤੇ ਉਹ ਉਹਦੇ ਵਿੱਚ ਜਿਹੜਾ ਫਿਰ ਜੇ ਕਾਲਣਾ ਵਾਲਾ ਜਿਹੜਾ ਹੈਗਾ ਪੰਦ ਤੁਸੀਂ ਉਹਨੂੰ ਮਾਈਨਸ ਕਰਦੇ ਹੋ ਤਾਂ ਉਹ ਕਦੇ ਵੀ ਜਿਹੜਾ ਸਹਿਤ ਆ ਉਹ ਜ਼ਿੰਦਾਦਿਲੀ ਵਾਲਾ ਨਹੀਂ ਹੋਊਗਾ ਪੂਰੀ ਉਹਦੇ ਵਿੱਚ ਜਿੰਦ-ਜਾਨ ਨਹੀਂ ਪਾਊਗੀ ਨਕਲ ਕਰਕੇ ਜਣੀ ਜੇ ਅਸੀਂ ਕਿਸੇ ਕਰਨਾ ਚਾਹਵਾਂਗੇ ਪਰ ਨਾਲ ਦੀ ਨਾਲ ਜਿਵੇਂ ਤੁਸੀਂ ਵੀ ਮੈਨੂੰ ਕੁਐਸਚਨ ਪੁੱਛਿਆ ਵੀ ਅਸਰ ਕੀ ਦਾ ਅਸਰ ਜ਼ਰੂਰ ਹੋ ਜਾਂਦਾ ਮੈਂ ਤੁਹਾਨੂੰ ਆਪਣੀ ਲੈ ਦੱਸਦੀਆਂ ਇੱਕ ਗੱਲ 8ਵੀਂ ਜਮਾਤ ਦੇ ਵਿੱਚ ਮੈਂ ਇੱਕ ਹਫ਼ਤਾ ਅਸੀਂ ਪੜ੍ਹੀ ਸੀ ਕਲਾਸ ਦੇ ਵਿੱਚ ਗੁੰਦੇ ਹੁੰਦੇ ਸੀ ਉਹਦੀ ਇੱਕ ਮੇਨ ਲਾਈਨ ਸੀਗੀ ਮੈਂ ਉੱਚੀ ਉੱਚੀ ਬੋਲ ਕੇ ਲਾਉਂਦਾ ਹਾਂ ਤਾਰਾਂ ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜਾ ਪਕਾਰਾਂ ਉਦਮ ਸਿੰਘ ਜੀ ਕਹਿ ਰਹੇ ਨੇ ਉੱਥੇ ਗੋਲੀ ਮਾਰਨ ਤੋਂ ਬਾਅਦ ਵੀ ਮੈਨੂੰ ਫੜ ਲਓ ਹਨ ਉਹ ਮੈਨੂੰ ਤਾਂ ਇਹ ਦੋ ਲਾਈਨਾਂ ਤਾਂ ਯਾਦ ਰਹੀਆਂ 30 ਸਾਲ ਤਾਂ ਜਦੋਂ ਮੈਂ ਆਪਣੇ ਇੱਥੇ ਭਾਰਤ ਨਗਰ ਸਕੂਲ ਦੇ ਵਿੱਚ ਲੁਧਿਆਣੇ ਪੜਾਉਂਦੇ ਸੀ ਤਾਂ ਉਦਮ ਸਿੰਘ ਤੇ ਕਵਿਸ਼ਰੀ ਤਿਆਰ ਕਰਵਾਉਣੀ ਸੀ ਬੱਚਿਆਂ ਨੂੰ ਤਾਂ ਇਹ ਦੋ ਲਾਈਨਾਂ ਮੈਨੂੰ ਜਿਵੇਂ ਉਹੀ ਲੈ ਕੇ ਮੈਂ ਸਾਰੀ ਕਵਿਸ਼ਰੀ ਹੁਣ ਮੈਨੂੰ ਬਾਕੀ ਨਾ ਯਾਦ ਆ ਨਾ ਮੈਂ ਉਦਮ ਸਿੰਘ ਬਾਰੇ ਜਿਵੇਂ ਮੈਂ ਪ੍ਰੇਰਨਾ ਸਰੋਤ ਇੱਕ ਕਵਿਸ਼ਰੀ ਬਹੁਤ ਵਧੀਆ ਲਿਖੀ ਤੇ ਬੱਚਿਆਂ ਨੂੰ ਉਹ ਦੇਤੀ ਤੇ ਇਸੇ ਤਰ੍ਹਾਂ ਹੀ ਇੱਕ ਹੋਰ ਮੇਰੇ ਨਾਲ ਇਨਸੀਡੈਂਟ ਹੋਇਆ ਮੈਂ ਇੱਥੇ ਆਪਣੇ ਲਲਤੋਂ ਫੰਕਸ਼ਨ ਹੁੰਦਾ ਹਰੀ ਸਿੰਘ ਦਿਲਵਰ ਦੀ ਯਾਰ ਦੇ ਵਿੱਚ ਸਾਲਵਾਰ ਮਨਾਉਂਦੇ ਆ ਉੱਥੇ ਸਰਜੀਤ ਪਾਤਰ ਜੀ ਨੇ ਆਪਣੀ ਪੋਇਮ ਸੁਣਾਈ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਮੈਨੂੰ ਅੰਬੜੀ ਨੇ ਦਿੱਤੀਆਂ ਨੇ ਲੱਕ ਛਿੜਕਾ ਹਨਾ ਤੇ ਉਹ ਜਦੋਂ ਮੈਂ ਸੁਣ ਕੇ ਮੈਂ ਤਾਂ ਸਕੂਟਰੀ ਤੇ ਘਰ ਨੂੰ ਆਉਣੀ ਆ ਤਾਂ ਮੇਰੇ ਮਨ ਦੇ ਵਿੱਚ ਉਹ ਜਿਹੜੀ ਟੋਨ ਸੀ ਉਹ ਹੁਣ ਮੈਨੂੰ ਨਹੀਂ ਪਤਾ ਕਿੰਨਾ ਉਹ ਉਹ ਰਚਨਾ ਬਲਵਾਨ ਸੀਗੀ ਨਾ ਕਿ ਮੈਂ ਸਕੂਟਰ ਤੇ ਤੁਰ ਹੀ ਆਉਂਦੀ ਉਹਦੀ ਨਕਲ ਕਰਨ ਬੈਠੀ ਹੋਈ ਸੀ ਤਾਂ ਮੈਨੂੰ ਇੱਕ ਮੁਖੜਾ ਦਵਾ ਦੇ ਵਿੱਚ ਇੱਕ ਦਿਨ ਆਇਆ ਅੱਜ ਅੰਬੜੀ ਤੇ ਦੁੱਖਾਂ ਦਾ ਪਹਾੜ ਟੁੱਟਿਆ ਉਹ ਜਿਹੜੀ ਸੀਗੀ ਅ ਅਮਰੀ ਅਮੜੀ ਨੇ ਦੁੱਖਾਂ ਤੇ ਪਹਾੜ ਦੁੱਖਾਂ ਦਾ ਪਹਾੜ ਟੁੱਟਿਆ ਉਹ ਆ ਮੇਰੀ ਮਿੱਟੀ ਬੋਲ ਲਈ ਕਿਤਾਬ ਦੇ ਵਿੱਚ ਹੈ ਉਹ ਸੇਮ ਮੁਖੜਾ ਤੇ ਸੇਮ ਟੋਨ ਤੇ ਉਹ ਸਾਰੀ ਜਿਹੜੀ ਹੈਗੀ ਆ ਮੇਰਾ ਜਿਹੜੀ ਹੈ ਕਿ ਬੱਚਿਆਂ ਦੇ ਫੀਮੇਲ ਫੋਰਟਿਸਾਈਡ ਦੇ ਅਗੇਂਸਟ ਉਹ ਪੋਇਮ ਲਿਖੀ ਗਈ ਤੇ ਉਹ ਪੋਇਮ ਮੇਰੇ ਸਕੂਲ ਦੇ ਬੱਚਿਆਂ ਨੇ ਰੱਜ ਰੱਜ ਗਾਈ ਵਾਰ-ਵਾਰ ਪ੍ਰਾਈਜ਼ ਲਿਆਂਦੇ ਜਦੋਂ ਉਹ ਮੈਂ ਆਪਣੀ ਕਿਤਾਬ ਇਹਦੇ ਵਿੱਚ ਛਾਪੀ ਤਾਂ ਮੈਂ ਫਿਰ ਉਸ ਉਸ ਗੀਤ ਨੂੰ ਸਮਰਪਣ ਉੱਪਰ ਲਿਖਿਆ ਬੀਮ ਰਗੀ ਤਾਂ ਜਿਹੜਾ ਸੁਰਜੀਤ ਪਾਤਰ ਜੀ ਦੀ ਉਸ ਰਚਨਾ ਨੂੰ ਸਮਰਪਤਾ ਤੇ ਇਹ ਗੱਲ ਇਹ ਆ ਵੀ ਵਧੀਆ ਰਚਨਾ ਕਈ ਵਾਰੀ ਤੁਹਾਡੇ ਦੇ ਅਸਰ ਹੀ ਇੰਨਾ ਪਾ ਜਾਂਦੀ ਆ ਵੀ ਤੁਸੀਂ ਉਹਦੀਆਂ ਗੱਲਾਂ ਦੁਆਰਾ ਬੋਲ ਜਾਂਦੇ ਹੁਣ ਦੇਖੋ ਬਚਪਨ ਦੇ ਵਿੱਚ ਜੇ ਕਿਤੇ ਦਮੋਦਰ ਦੀ ਹੀਰ ਵੀ ਪੜ੍ਹੀ ਹੋਊਗੀ ਆਸ਼ਮ ਦੀ ਹੀਰ ਵੀ ਪੜ੍ਹੀ ਹੋਊਗੀ ਉਹਦੇ ਵਿੱਚ ਮੁਹਾਵਰੇਆ ਵਰਗੀਆਂ ਕੋਈ ਲਾਈਨਾਂ ਹੋਣਗੀਆਂ ਹਨ ਉਹ ਇਹ ਯਾਦ ਤਾਂ ਕਈ ਵਾਰੀ ਹੁੰਦਾ ਹੀ ਨਹੀਂ ਵੀ ਮੈਂ ਕਿੱਥੋਂ ਪੜ੍ਹੀ ਆ ਜੇ ਇੱਕ ਅੱਧੀ ਲਾਈਨ ਕਿਤੇ ਦੋ ਤੁਸੀਂ ਸੇਮ ਕਿਵੇਂ ਆ ਜਾਂਦੀ ਆ ਉਸੇ ਤਰ੍ਹਾਂ ਤਾਂ ਉਹ ਤੁਸੀਂ ਉਹਨੂੰ ਨਕਲ ਨਹੀਂ ਕੀਤਾ ਜਾ ਸਕਦਾ ਉਹ ਉਸ ਰਚਨਾ ਦਾ ਜਿਹੜਾ ਹੈ ਪ੍ਰਭਾਵ ਆ ਉਹਦੀ ਵਿਸ਼ੇਸ਼ਤਾ ਜਿਹੜੀ ਰਚਨਾ ਤੁਹਾਡੇ ਤੇ ਤੁਹਾਡੇ ਅੰਦਰ ਬੈਠੀ ਆ ਪਰ ਹਾਂ ਕਰਦੇ ਆ ਇਹ ਚੀਜ਼ ਵੀ ਜਿਹੜੀਆਂ ਸੇਮ ਟੋਨ ਤੇ ਸੇਮ ਉਹਤੇ ਲਿਖ ਕੇ ਮਤਲਬ ਵੀ ਉਸੇ ਵਰਗੀ ਲਾਈਨ ਬਣਾਉਣੀਆਂ ਕਰ ਦਿੰਦੇ ਮੈਂ ਤੁਹਾਨੂੰ ਆਪਣੀ ਇੱਕ ਦੱਸ ਦਿੰਨੀ ਆ ਇੱਕ ਮੇਰੀ ਇਹਦੇ ਜਿਹੜੀ ਹੈ ਮਿੱਟੀ ਬੋਲ ਤੇ ਕਿਤਾਬ ਆ ਨਾ ਇਹਦੇ ਵਿੱਚ ਇੱਕ ਉਹ ਪੋਇਮਾਂ ਮੇਰੀ ਮਾਂ ਦੇ ਰੋਂਦੇ ਨੈਣ ਪਤਾ ਨਹੀਂ ਕੀ ਕਿਸਮੋਂ ਕਹਿਣ ਉਹ ਚੀਜ਼ ਜਿਹੜੀ ਸੀਗੀ ਉਹ ਕਿਸੇ ਮੈਂ ਤਾਂ ਕਿਤਾਬ ਹਲੇ ਛਪਾ ਕੇ ਮੇਰੀ ਘਰੀ ਪਈ ਆ ਮੈਂ ਕਦੇ ਉਹਨੂੰ ਬਾਹਰ ਕਿਤੇ ਕੀਤਾ ਹੀ ਨਹੀਂ ਸੀ ਉਹਦਾ ਬਾਤ ਆ ਲੋਕਾਂ ਦੇ ਵਿੱਚ ਲੈ ਕੇ ਨਹੀਂ ਗਈ ਤਾਂ ਇੱਕ ਹੋਰ ਕਿਤਾਬ ਕਿਸੇ ਨੇ ਛਪਾਈ ਉਹਦੇ ਵਿੱਚ ਉਹਦੇ ਵਰਗੀ ਸੇਮ ਜੀ ਉਸੇ ਟੋਨ ਤੇ ਮੇਰੇ ਮੇਰੀ ਮਾਂ ਲਈ ਗੀਤ ਲਿਖਿਆ ਆ ਬਿਲਕੁਲ ਉਸੇ ਤਰੀਕੇ ਵੀ ਉਸ ਪਹਿਲਾਂ ਛਪ ਗਿਆ ਜਾਉ ਲੋਕਾਂ ਚ ਬਹੁਤ ਛੇਤੀ ਚਲੇ ਜਾਂਦੇ ਮੇਰੇ ਹਸਬੰਦ ਹੀ ਕਹਿੰਦੇ ਸੀ ਕਹਿੰਦੇ ਲੋਕ ਤੈਨੂੰ ਗਹਿਣਗੇ ਵੀ ਤੂੰ ਨਕਲ ਮਾਰੀਆ ਹਨਾ ਤੇ ਉਹ ਚੀਜ਼ ਕਈ ਵਾਰੀ ਹੁੰਦੀ ਆ ਕਾਪੀ ਉਹ ਚੀਜ਼ ਜਦੋਂ ਸਾਹਮਣੇ ਆ ਜਾਂਦੀ ਆ ਲੱਗਦਾ ਤਾਂ ਫਿਰ ਬੁਰਾ ਹੀ ਆ ਨਾ ਚਾਹੀਦਾ ਨਹੀਂ ਇਹ ਚੀਜ਼ ਹਨਾ ਬਿਲਕੁਲ ਨਵਾਂ ਸਿਰਜਣ ਦਾ ਜਿਹੜਾ ਅੰਦਰ ਜੇ ਚਾਹ ਜਾਂ ਹਿੰਮਤ ਉਹ ਜਿਹੜੀ ਹੈਗੀ ਆ ਉਹ ਕੁਰਬਾਨੀ ਦਿਓ ਜੀ ਉਨਾਂ ਪੜੋ ਤੇ ਉਹਦੇ ਨਾਲ ਜੀਵੋ ਰਚਨਾ ਨਾਲ ਫਿਰ ਤੁਸੀਂ ਕ੍ਰੀਏਟ ਕੁਝ ਕਰ ਸਕਦੇ ਹੋ ਮੈਂ ਪੜਿਆ ਸੀਗਾ ਇਹਨਾਂ ਦਾ ਹੀ ਲਿਖਿਆ ਸੀ ਗੁਰੂ ਵਚਨ ਭੁੱਲਰ ਜੀ ਦਾ ਵੀ ਰਚਨਾ ਜਦੋਂ ਕੋਈ ਰਿੱਚਦੇ ਆਂ ਅਛਦੇ ਆਂ ਉਹਦੇ ਵਿੱਚ ਦੀ ਲੰਗਣਾ ਪੈਂਦਾ ਬਿਲਕੁਲ ਤੇ ਇਹ ਬਿਲਕੁਲ ਵਿਚ ਦੀ ਲੰਗਣ ਵਾਲੀ ਗੱਲ ਹੈ ਜੇ ਤੁਸੀਂ ਹਾਲਾਤ ਦੇ ਵਿੱਚੋਂ ਆਪਣੇ ਮਾਈਂਡ ਨੂੰ ਨੀਂ ਨਾ ਕੱਢਦੇ ਉਸੇ ਤਰ੍ਹਾਂ ਤੁਸੀਂ ਉਹਨੂੰ ਆਪਣਾ ਆਪਣਾ ਨਹੀਂ ਲੈਂਦੇ ਅੰਦਰ ਤੁਹਾਡੇ ਮਹਿਸੂਸ ਨਹੀਂ ਕਰਦੇ ਤਾਂ ਸੋਹਣੀ ਰਚਨਾ ਨਹੀਂ ਬਣੂਗੀ ਕੱਚ ਕਰੜੀ ਹੋਊਗੀ ਉਹ ਹਮੇਸ਼ਾ ਜੀ ਮੈਮ ਗੁਫ਼ਤਗੂ ਜਾਰੀ ਰੱਖਾਂਗੇ ਪਰ ਪਹਿਲਾਂ ਇੱਕ ਗੀਤ ਤੁਹਾਡੇ ਤੋਂ ਸੁੰਣਾ ਚਾਹਾਂਗੇ ਉਹ ਗੀਤ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ ਹਾਂਜੀ ਇਹ ਗੀਤ ਆ ਇਹ ਬਿਲਕੁਲ ਸੱਚਾ ਵੀ ਕਹਿ ਲਓ ਤੁਸੀਂ ਮੈਂ ਬੜੇ ਗੀਤ ਗਾਏ ਆ ਛੋਟੇ ਹੁੰਦੇ ਨੇ ਮੇਰੀ ਮੰਮੀ ਨੇ ਮੈਨੂੰ ਤਿਆਰ ਕਰ ਕਰਕੇ ਦਿੱਤੇ ਤੇ ਅਸੀਂ ਝੰਡੇ ਦੀਏ ਦੇ ਗੁਣ ਵੀ ਬਹੁਤ ਗਾਏ ਸਰਕਾਰਾਂ ਦੇ ਵੀ ਬੜੇ ਗਾਏ ਬੋਲ ਦੀਆਂ ਖੁੰਝਾਂ ਕਿਤੇ ਬੋਲਦੇ ਨੇ ਮੂਰਨੀ ਦੇਸ਼ ਮੇਰਾ ਹੋ ਗਿਆ ਏ ਹੋਰ ਦਾ ਏ ਹੋਰ ਨਹੀਂ ਛੋਟੇ ਹੁੰਦਿਆਂ ਨੇ ਇਹ ਗਾਏ ਪਰ ਜਦੋਂ ਵੱਡੇ ਹੋ ਕੇ ਸਮਝ ਆਈ ਵੀ ਅਸੀਂ ਪ੍ਰਾਪਤ ਤਾਂ ਕੁਛ ਨਹੀਂ ਕੀਤਾ ਤਾਂ ਮੈਂ ਇਦਾਂ ਦੇ ਗੀਤ ਵੀ ਲਿਖੇ ਮੈਂ ਤੁਹਾਨੂੰ ਸੁਣਾਉਣ ਲੱਗੀਆਂ ਮੇਰੇ ਬਾਬੇ ਨੇ ਵਿਗਾਇਆ ਮੇਰੇ ਬਾਪੂ ਨੇ ਵਿਗਾਇਆ ਨੀ ਆਜ਼ਾਦੀ ਵਾਲਾ ਗੀਤ ਮੈਂ ਵੀ ਨੱਚ ਨੱਚ ਗਾਇਆ ਕਦੇ ਤੀਆਂ ਵਿੱਚ ਗਾਇਆ ਕਦੇ ਮੇਲੇ ਵਿੱਚ ਗਾਇਆ ਨੀ ਮੇਰੀ ਦੇਖ ਕੇ ਨਾਦਨੀ ਮੇਰਾ ਪੁੱਤ ਕੁਰਲਾਇਆ ਨੀ ਪੁੱਤ ਕੁਰਲਾਇਆ ਨੀ ਉੱਚ ਦਾਇ ਕਾ ਦਾ ਮਾਂ ਚੜਿਆਏ ਚਾਨੀ ਕਹਿਆਂ ਦੇ ਆ ਪੁੱਤਰਾਂ ਨੇ ਖੋਤਣਾ ਏ ਕਾਨੀ ਇੱਕ ਚੋਰ ਗਿਆ ਕਹਿੰਦਾ ਦੂਜਾ ਗਿਆ ਆਨੀ ਕਰੀ ਨਾ ਤੁਮਾਏ ਇਹਦਾ ਪੂਰਾ ਵੀ ਵਿਸਾਨੀ ਪੂਰਾ ਵੀ ਵਿਸਾਨੀ ਦਸਮਾ ਆਜ਼ਾਦੀ ਨੇ ਹੈ ਕਿਹੜਾ ਰੰਗ ਲਾਇਆ ਨੀ ਮੇਰੀ ਦੇਖ ਕੇ ਨਦਾਨੀ ਮੇਰਾ ਪੁੱਤ ਕਰ ਲਾਇਆ ਨੀ ਮਿਲੀਏ ਆਜ਼ਾਦੀ ਕਾ ਦੀ ਅਛਰੂ ਲੋਹਾਰ ਨੂੰ ਉਹਨੇ ਕਿਹੜਾ ਫੂਕਣਾ ਏ ਟਾਟੇ ਵਾਲੀ ਕਾਰ ਨੂੰ ਕਿਵੇਂ ਦਸ ਝੁੱਕੀ ਫੇਰੇ ਫੁੱਲਾਂ ਵਾਲੇ ਹਾਰ ਨੂੰ ਕਿਵੇਂ ਪਰਣਾਵੇ ਬੈਠੀ ਸੀ ਮਟਿਆਰ ਨੂੰ ਕਿਵੇਂ ਪਰਣਾਵੇ ਬੈਠੀ ਸੀ ਮਟਿਆਰ ਨੂੰ ਅੱਗ ਵਿੱਚ ਮਚਣੇ ਨੂੰ ਜਗ ਤੇ ਹੈ ਆਇਆ ਨਹੀਂ ਮੇਰੀ ਦੇਖ ਕੇ ਨਦਾਨੀ ਮੇਰਾ ਪੁੱਤ ਕਰ ਲਾਇਆ ਨਹੀਂ ਪੁੱਤ ਕਰ ਲਾਇਆ ਨਹੀਂ ਕੂੜੇ ਨਿਸਰਾਵਾਂ ਵਾਲੇ ਖਾਂਦੇ ਨੇ ਬਦਾਮ ਨਹੀਂ ਸੱਤ ਤਾਰੇ ਹਟ ਲਾਂਚ ਸੱਤ ਰੰਗੀ ਸ਼ਾਮਨੀ ਉੱਚੇ ਲੋਕ ਟਾਰਿਆਂ ਦੀ ਖਿੱਚ ਦੇ ਲਗਾਮ ਨਹੀਂ ਜੰਮਦੇ ਗੁਲਾਮ ਜਿਹੜੇ ਮਰਦੇ ਗੁਲਾਮ ਨਹੀਂ ਜੰਮਦੇ ਗੁਲਾਮ ਜਿਹੜੇ ਮਰਦੇ ਗੁਲਾਮ ਨਹੀਂ ਕਿਸ ਨੇ ਨਟਾਰਿਆਂ ਚ ਦੀਵਾ ਵੀ ਜਗਾਯਾ ਨਹੀਂ ਮੇਰੀ ਦੇਖ ਕੇ ਨਦਾਨੀ ਮੇਰਾ ਪੁੱਤ ਕੁਰ ਲਾਇਆ ਨਹੀਂ ਲਾਲ ਕੇਲੇ ਦੀਆਂ ਮਾਏ ਗੱਲਾਂ ਵਿੱਚ ਆਈ ਨਾ ਝੂਠੇ ਲਾਰਿਆਂ ਤੇ ਐਵੇਂ ਤਾੜੀਆਂ বাজਾਈ ਨਾ ਅੱਜ ਤੋਂ ਆਜ਼ਾਦੀ ਵਾਲਾ ਗੀਤ ਕੋਈ ਗਾਈ ਨਾ ਤੱਜ ਵਾਲਿਆਂ ਦਾ ਮਾਏ ਹੱਸਾ ਬਣ ਜਾਈ ਨਾ ਹੱਸਾ ਬਣ ਜਾਈ ਨਾ ਰੋ ਰੋ ਕੇ ਲਾਲ ਮੇਰੇ ਮੈਨੂੰ ਸਮਝਾਇਆ ਨਹੀਂ ਮੇਰੀ ਦੇਖ ਕੇ ਨਦਨੀ ਮੇਰਾ ਪੁੱਤ ਕਰ ਲਾਇਆ ਨਹੀਂ ਪੁੱਤ ਕਰ ਲਾਇਆ ਨਹੀਂ ਪੁੱਤ ਕਰ ਲਾਇਆ ਨਹੀਂ ਮੈਮ ਜੀ ਮੇ ਤੁਸੀਂ ਆਪਣੀ ਪਰਿਵਾਰ ਤੋਂ ਇਹ ਸਾਰਾ ਕੁਝ ਸਿੱਖਿਆ ਸੀ ਤੁਹਾਡੇ ਮਾਤਾ ਜੀ ਦਾ ਸਾਹਿਤ ਦੇ ਨਾਲ ਬਹੁਤ ਜ਼ਿਆਦਾ ਲਗਾ ਸੀ ਤੁਹਾਡਾ ਸਾਹਿਤ ਦੇ ਨਾਲ ਬਹੁਤ ਜ਼ਿਆਦਾ ਲਗਾ ਹੈ ਕਿ ਤੁਹਾਡੇ ਬੱਚਿਆਂ ਦਾ ਵੀ ਸਾਹਿਤ ਦੇ ਨਾਲ ਲਗਾ ਹੈ ਉਹ ਵੀ ਲਿਖਦੇ ਨੇ ਦੇਖੋ ਮੇਰੇ ਬੇਟੇ ਨੂੰ ਤਾਂ ਬਹੁਤ ਸ਼ੌਕ ਆ ਕਿਤਾਬਾਂ ਪੜਨ ਦਾ ਤੇ ਲਿਖਣ ਦਾ ਵੀ ਉਹਦੀ ਇੱਕ ਤਾਂ ਗੀਤ तकरीबन ਕਿਤਾਬ ਜਿੰਨੇ ਇੱਥੇ ਮੇਰੇ ਕੋਲੇ ਹੀ ਪਏ ਨੇ ਮੈਂ ਥੋੜਾ ਚਾਹੁੰਦੀ ਆ ਉਹਦੀ ਹਾਂ ਲੈ ਲਵਾਂ ਉਹਦੇ ਵਿੱਚ ਕੋਈ ਜੇ ਚੇਂਜ ਵਗੈਰਾ ਜਿਵੇਂ ਉਹ ਕੁਝ ਕਰਨੀ ਚਾਹੁੰਦਾ ਤਾਂ ਕਰ ਲਵੇ ਉਹ ਛਾਪ ਸਕਦੀ ਆ ਉਹ ਗੰਗੀਤ ਗਾਉਂਦਾ ਵੀ ਬਹੁਤ ਸੋਹਣਾ ਤੇ ਲਿਖਦੇ ਵੀ ਸੋਹਣੇ ਆ ਸੋਹਣਾ ਪੰਜਾਬ ਦੀ ਧਰਤੀ ਬਾਰੇ ਉਹਨੇ ਵੀ ਬੜਾ ਸੋਹਣਾ ਗੀਤ ਇੱਕ ਲਿਖਿਆ ਸੀ ਧਰਤੀ ਪੰਜ ਦਰਿਆਵਾਂ ਦੀ ਜੋ ਹੈ ਦੁਨੀਆ ਦੀ ਰਾਣੀ ਕਹਿੰਦੀ ਲਿਖਣ ਵਾਲਿਓ ਮੇਰੀ ਲਿਖਿਓ ਇੱਕ ਕਹਾਣੀ ਸੋਣਾ ਗਾਇਆ ਸੀ ਉਹਨੇ ਤੇ ਉਹ ਕਿਤਾਬਾਂ ਵੀ ਪੜਨ ਦਾ ਸ਼ਕੀਨਾ ਆਪਣੇ ਸ਼ਿਪ ਤੇ ਨਾ ਕਿਤਾਬਾਂ ਲੈ ਜਾਊਗਾ ਨਾਲ ਪੜਨ ਵਾਸਤੇ ਤੇ ਮੁੜ ਕੇ ਆਉਂਦਾ ਮਤਲਬ ਉਹਨੂੰ ਹੁੰਦਾ ਵੀ ਮੇਰੀ ਕਿਤਾਬਾਂ ਜ਼ਰੂਰ ਵਾਪਸ ਚੱਲ ਜਾਣ ਇਹਨਾਂ ਚ ਬਹੁਤ ਕਿਤਾਬਾਂ ਨੇ ਜਿਹੜੀਆਂ ਉਹ ਪੜ ਕੇ ਵਾਪਸ ਇੱਥੇ ਰੱਖ ਕੇ ਗਿਆ ਤੇ ਬੇਟੀ ਮੇਰੀ ਉਹਦਾ ਲਿਟਰੇਚਰ ਇੰਗਲਿਸ਼ ਚ ਉਹਨੇ ਐਮਏ ਕੀਤੀ ਆ ਅੱਛਾ ਸੁਣਨ ਦਾ ਸ਼ੌਕ ਥੋੜਾ ਬਹੁਤਾ ਗੰ ਗੌਂਦੀ ਵੀ ਆ ਉਹਨੂੰ ਵੀ ਸੀ ਪਰ ਉਹਨੂੰ ਚਾਅ ਬਹੁਤ ਸੀਗਾ ਵੀ ਮੇਰੀ ਮੰਮੀ ਦੀ ਕਿਤਾਬ ਛੇਤੀ ਛਪੇ ਅੱਛਾ ਐਮਏ ਦੇ ਵਿੱਚ ਜਦੋਂ ਪੜ੍ਹਦੀ ਸੀ ਤੇ ਮੇਰੇ ਹਸਬੰਡ ਉਸੇ ਕਾਲਜੇ ਪੜਾਉਂਦੇ ਸੀ ਤਾਂ ਇਹਨਾਂ ਨੇ ਪਿਆਰਤੀ ਨੇ ਮੇਰੀ ਕਿਤਾਬ ਉਹ ਛਪਾਉਣ ਵਿੱਚ ਮੈਨੂੰ ਖੁੱਲਾ ਟਾਈਮ ਵੀ ਦਿੱਤਾ ਤੇ ਮੈਨੂੰ ਹਲਾਸ਼ੇਰੀ ਵੀ ਦਿੱਤੀ ਵੀ ਤੁਸੀਂ ਆਪਣਾ ਲਿਖੋ ਤੇ ਛਪਾਓ ਹੁਣ ਵੀ ਮਤਲਬ ਜਿਹੜਾ ਹੈ ਇਹ ਨੋ ਵੀ ਮੇਰੀ ਕਾਫੀ ਹਿੰਮਤ ਆ ਇਹਦੇ ਵਿੱਚ ਇਸ ਗੱਲ ਨੂੰ ਮੈਨੂੰ ਮਤਲਬ ਜਿਹੜਾ ਹੈ ਹੌਸਲਾ ਦਿੰਦੀ ਆ ਵੀ ਤੁਸੀਂ ਮੰਮੀ ਲਿਖੋ ਤੇ ਆਪਣਾ ਜਾਂ YouTube ਤੇ ਪਾਓ ਗੋਸ਼ ਹਨ ਬੱਚਿਆਂ ਨੇ ਮੈਨੂੰ ਕਾਫੀ ਉਤਸ਼ਾਹ ਦਿੱਤਾ ਇਸ ਗੱਲ ਦੇ ਵਿੱਚ ਤੇ ਤਾਂ ਹੀ ਮੇਰੀਆਂ ਜਿਹੜੀਆਂ ਹੈਗੀਆਂ ਨੇ ਅਛਾਵਾਂ ਹਾਂ ਪੂਰੀਆਂ ਹੋ ਚੁੱਕੀਆਂ ਨੇ ਮੈਡਮ ਹੁੰਦੀਆਂ ਰਹਿਣਗੀਆਂ ਜੀ ਬਿਲਕੁਲ ਇਨਸ਼ਾਅੱਲਾਸੀਂ ਵੀ ਚਾਹੁੰਦੇ ਹਾਂ ਕਿ ਤੁਹਾਡੀਆਂ ਜਿਹੜਾ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹਿਣ ਜੋ ਤੁਸੀਂ ਆਪਣੀਆਂ ਰਚਨਾਵਾਂ ਦੇ ਰਾਹੀਂ ਸਮਾਜ ਦੇ ਵਿੱਚ ਇੱਕ ਸੇਧ ਦੇਣਾ ਚਾਹੁੰਦੇ ਹੋ ਉਹ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇ ਕਿਉਂਕਿ ਤੁਹਾਡੀਆਂ ਜ਼ਿਆਦਾਤਰ ਰਚਨਾਵਾਂ ਜਿਵੇਂ ਤੁਸੀਂ ਹੀ ਕਿਹਾ ਹੈ ਕਾਨੀ ਵੰਡ ਨੂੰ ਲੈ ਕੇ ਹੈ ਕਿ ਸਾਡੇ ਸਮਾਜ ਦੇ ਵਿੱਚ ਵੰਡ ਨਹੀਂ ਹੋਣੀ ਚਾਹੀਦੀ ਚਾਹੇ ਆਰਥਿਕ ਅਧਿਕਾਰ ਹੋਵੇ ਚਾਹੇ ਸਮਾਜਿਕ ਤੇ ਚਾਹੇ ਰਾਜਨੀਤਿਕ ਅਧਿਕਾਰ ਹੋਵੇ ਮੈਡਮ ਪਵਿਕ ਵਿੱਚ ਕੀ ਸੁਪਨੇ ਨੇ ਕੀ ਸੁਪਨੇ ਦੇਖੇ ਨੇ ਹੁਣ ਤੁਸੀਂ ਕਿ ਅੱਗੋਂ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਸਾਹਿਤਿਕ ਸਫਰ ਮੇਰੇ ਖਿਆਲ ਨਾਲ ਹਜੇ ਸ਼ੁਰੂ ਹੋਇਆ ਹੈ ਤੇ ਹਜੇ ਬਹੁਤ ਲੰਬਾ ਪੈਂਡਾ ਤੁਸੀਂ ਪਾਰ ਕਰਨਾ ਹੈ ਕੀ ਸੋਚਿਆ ਹੈ ਇਹ ਤੇਰੇ ਮੂੰਹ ਵਿੱਚ ਕਹਿੰਦੇ ਹੁੰਦੇ ਨੇ ਖੰਡ ਮਿਸ਼ਰੀ ਅਸੀਂ ਕਹਿੰਦੇ ਹਾਂ ਜੇ ਪੂਰੀ ਹੋਵੇ ਮੇਰੀ ਇੱਛਾ ਤਾਂ ਬਹੁਤ ਆ ਮੈਂ ਮਤਲਬ ਵੀ ਜੋ ਵੀ ਮੇਰੇ ਮਨ ਦੇ ਵਿੱਚ ਵਿਚਾਰ ਆਵੇ ਤਾਂ ਲਿਖਣਾ ਮੈਂ ਇਹ ਦਾਵਾ ਤਾਂ ਨਹੀਂ ਕਰਦੀ ਮੈਂ ਮੈਂ ਬਹੁਤ ਵੱਡੇ ਵਿਚਾਰਾਂ ਦੀ ਮਾਲਕ ਆ ਪਰ ਮੈਂ ਕਲਮ ਵੱਧ ਕਰਨ ਨੂੰ ਮੇਰਾ ਜੀ ਕਰਦਾ ਜੋ ਵੀ ਮੇਰੇ ਅੰਦਰ ਜਜ਼ਬਾਤ ਆਉਂਦੇ ਨੇ ਤੇ ਮੈਂ ਵੀ ਫੀਲ ਕਰਦੀ ਆ ਵੀ ਜਿਹੜਾ ਅੰਦਰਲਾ ਜਵਾਰ ਭਟਾ ਉਹ ਕਵਤਾਵਾਂ ਵਿੱਚ ਨੀਵੀਂ ਨਹੀਂ ਆਉਣਾ ਉਹਨਾਂ ਮੈਂ ਹੁਣ ਆਪਣੀਆਂ ਜਿਹੜੀਆਂ ਪੁਰਾਣੀਆਂ 20 25 ਸਾਲ ਪਹਿਲਾਂ ਤੋਂ ਵੀ ਜ਼ਿਆਦਾ ਹੋ ਗਈਆਂ 30 ਸਾਲ ਹੋ ਗਏ ਹੋਣਗੇ ਕਹਾਣੀਆਂ ਉਹ ਕੱਢੀਆਂ ਪੀਲੇ ਕਾਗਜ਼ ਹੋਏ ਹੋਏ ਨੇ ਉਹਨਾਂ ਨੂੰ ਮੈਂ ਸੋਚਦੀ ਆਂ ਵੀ ਹੁਣ ਦੇ ਸਮੇਂ ਮੁਤਾਬਕ ਜੇ ਉਹਨਾਂ 'ਚ ਕੁਝ ਚੇਂਜ ਮਾਣੀ ਮੁੱਟੀ ਜੀ ਕਰਨੀ ਹੋਊਗੀ ਤੇ ਕਰਕੇ ਮੈਂ ਉਹ ਛਪਵਾਵਾਂ ਤੇ ਜਾਂ ਜਿਹੜੇ ਮੈਨੂੰ ਰੋਜ਼ ਵਿਚਰਦੇ ਆਂ ਜ਼ਿੰਦਗੀ ਦੇ ਵਿੱਚ ਕੌੜੇ ਮਿੱਠੇ ਤਜਰਬੇ ਹੁੰਦੇ ਨੇ ਉਹਨਾਂ ਨੂੰ ਮੈਂ ਕਿਤੇ ਕਿਸੇ ਕਿਤਾਬ ਦੀ ਸ਼ਕਲ ਵਿੱਚ ਦੇ ਸਕਾਂ ਤਾਂ ਮੈਂ ਧੰਨਪਾਲ ਸਮਝੂੰਗੀ ਆਪਣੇ ਤੇ ਇਹ ਮੇਰਾ ਹੈ ਵੀ ਮੈਂ ਲਿਖਦੀ ਰਵਾਂ ਪੜ੍ਹਦੀ ਰਵਾਂ ਜੀ ਹਾਂਜੀ ਮੈਮ ਚੰਦੇ-ਚੰਦੇ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਮੈਂ ਇਹੀ ਕਹੂੰਗੀ ਵੀ ਆਪਣੇ ਹਿੱਸੇ ਦਾ ਯੋਗਦਾਨ ਸਮਾਜ ਨੂੰ ਉੱਚਾ ਚੱਕਣ ਲਈ ਸਮਾਜ ਦੇ ਭਲੇ ਲਈ ਜ਼ਰੂਰ ਪਾਓ ਕਿਸੇ ਫੀਲਡ ਵਿੱਚ ਵੀ ਹੋ ਤੁਸੀਂ ਫਿਜ਼ੀਕਲੀ ਕੰਮ ਕਰ ਸਕਦੇ ਹੋ ਉਹ ਕਰੋ ਜੇ ਤੁਸੀਂ ਕਮਾਈ ਕਰਕੇ ਆਪਣੇ ਕਿਸੇ ਦਾ ਜੀਵਨ ਉੱਚਾ ਚੱਕ ਸਕਦੇ ਹੋ ਉਹ ਕਰੋ ਜਿਸ ਤਰ੍ਹਾਂ ਵੀ ਦੂਜੇ ਨੂੰ ਕਿਸੇ ਨੂੰ ਅਪਲਿਫਟ ਦੇ ਸਕਦੇ ਹੋ ਬੜਾ ਕੁਝ ਪਿਆਰ ਚ ਗਰੀਬੀ ਦੇ ਵਿੱਚ ਦਬਿਆ ਕਿ세 ਕੋਈ ਟੈਲੈਂਟਡ ਬੱਚਾ ਕੋਈ ਪੜਨਾ ਚਾਹੁੰਦਾ ਉੱਚੀ ਵਿਦਿਆ ਲੈਣਾ ਚਾਹੁੰਦਾ ਕੁਛ ਨਹੀਂ ਜਾਂਦਾ ਜੇ ਅਸੀਂ ਉਹਦੀ 1-2 ਸਾਲ ਦੀ ਫੀਸ ਭਰ ਦਾਂਗੇ ਸਾਰੀ ਉਮਰ ਉਹ ਬੱਚਾ ਮੌਜ ਵੀ ਕਰੂਗਾ ਤੇ ਤੁਹਾਡੇ ਗੁਣ ਵੀ ਗਾਊਗਾ ਤੇ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕੋਈ ਚੰਗਾ ਕੰਮ ਕਰੂਗਾ ਮੈਂ ਚਾਹੁੰਨੀ ਆ ਬਈ ਮੰਮੀ ਮੇਰੇ ਕਹਿੰਦੇ ਹੁੰਦੇ ਸੀ ਬਈ ਬੱਤੀ ਨਾਲ ਹੀ ਬੱਤੀ ਜਗਦੀ ਆ ਅੱਗੇ ਮਤਲਬ ਜੇ ਅਸੀਂ ਚੰਗਾ ਕਿਸੇ ਨੂੰ ਅੱਗੇ ਕਿਸੇ ਲਈ ਕੁਛ ਕਰਾਂਗੇ ਤਾਂ ਉਹ ਕਰਾਂਗੇ ਬਈ ਇਹੀ ਅੱਗੇ ਦੇ ਅੱਗੇ ਉਪਜਦੀ ਰਵੇ ਚਲਦੀ ਰਵੇ ਚੇਨ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ। ਰੀਆ ਜੀ ਤੁਹਾਡਾ ਵੀ ਮੈਂ ਅੱਜ ਤੁਹਾਡੇ ਨਾਲ ਦੇ ਸਹਾਰੇ ਆਪਣੇ ਦਰਸ਼ਕਾਂ ਨਾਲ ਰੂਬਰੂ ਹੋਈ ਤੇ ਮੈਨੂੰ ਵੀ ਇਸ ਚੀਜ਼ ਨਾਲ ਹੌਸਲਾ ਮਿਲੂਗਾ ਅੱਗੇ ਤੋਂ ਹੋਰ ਮਿਹਨਤ ਕਰਾਂਗੀ। ਸ਼ੁਕਰੀਆ ਜੀ। ਵਾਕਈ ਹੀ ਦੋਸਤੋ ਸਾਹਿਤ ਇੱਕ ਅਜੀਹੀ ਵਿਦਾ ਕਹਿ ਲੋ ਵਨਗੀ ਕਹਿ ਲੋ ਜਾਂ ਸਾਡੇ ਸਮਾਜ ਦਾ ਹਿੱਸਾ ਕਹਿ ਲੋ ਕਿ ਜੋ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਖੂਬਸੂਰਤ ਮੋੜ ਲੈ ਕੇ ਆਉਂਦਾ ਹੈ ਕਿਉਂਕਿ ਸਾਹਿਤ ਜਿਵੇਂ ਮੈਡਮ ਨੇ ਦੱਸਿਆ ਹੈ ਜਜ਼ਬਾਤਾਂ ਵਿੱਚੋਂ ਨਿਕਲਿਆ ਹੁੰਦਾ ਹੈ ਸਾਡੇ ਜਜ਼ਬਾਤਾਂ ਤੱਕ ਸਦੀ ਪਹੁੰਚ ਹੁੰਦੀ ਹੈ ਤੇ ਜਜ਼ਬਾਤ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਦਿੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਜਾਂ ਬਹੁਤ ਸਾਰੀਆਂ ਕਹਾਣੀਆਂ ਦੇ ਵਿੱਚ ਅਸੀਂ ਦੇਖਿਆ ਹੋਏਗਾ ਕਿ ਕਈ ਵਾਰੀ ਕੋਈ ਇੱਕ ਕਹਾਣੀ ਕੋਈ ਇੱਕ ਕਵਿਤਾ ਜੋ ਹੈ ਇਨਸਾਨ ਦੇ ਦਿਲ ਨੂੰ ਬਦਲ ਕੇ ਰੱਖ ਦਿੰਦੀ ਹੈ ਇਸ ਲਈ ਮੈਡਮ ਦੀ ਵੀ ਇਹੀ ਇੱਛਾ ਹੈ ਕਿ ਉਹ ਆਪਣੇ ਸਾਹਿਤ ਦੇ ਰਾਹੀਂ ਸਮਾਜ ਦੇ ਵਿੱਚ ਜੋ ਵਿਤਕਰਾ ਹੈ ਕਾਨੀ ਵੰਡ ਹੈ ਉਸ ਨੂੰ ਦੂਰ ਕਰਨਾ ਚਾਹੁੰਦੇ ਨੇ ਤਾਂ ਜੋ ਇਹ ਸਮਾਜ ਜਿਹੜਾ ਹੈ ਬਹੁਤ ਹੀ ਸੋਹਣਾ ਬਣ ਜਾਵੇ ਅਸੀਂ ਚਾਹੁੰਦੇ ਹਾਂ ਕਿ ਮੈਡਮ ਹਮੇਸ਼ਾ ਤਰੱਕੀਆਂ ਕਰਨ ਫਿਰ ਮਿਲਾਂਗੇ ਅੱਜ ਦੇ ਲਈ ਇੰਨਾ ਹੀ ਧੰਨਵਾਦ